ਸਤਿਗੁਰੁ ਪ੍ਰਸਾਦੋ ਰਾਗ ਰਾਮ ਕਲੀ ਮਹਲਾ ਨੌਵਾਂ ਤੇ ਪਦ ਰੇ ਮਨ ਓਟ ਲਿਹੋ ਹਰ ਨਾਮਾ ਜਾ ਕੈ ਸਿਮਰਨ ਦੁਰਮਤ ਨਾਸੈ ਪਾਵੈ ਪਦ ਨਿਰਵਾਨਾ ਹਰੀ ਮਨ ਓਟ ਲਿਹੋ ਹਰ ਨਾਮਾ ਜਾ ਕੈ ਸਿਮਰਨ ਦੁਰਮਤ ਨਾਸੈ ਪਾਵੈ ਪਦ ਨਿਰਵਾਨਾ ਬੜ ਭਾਗੀ ਤੇ ਜਨ ਕੋ ਜਨ ਜੋ ਹਰ ਕੇ ਗੁਣ ਗਾਵੈ ਜਨਮ ਜਨਮ ਕੇ ਪਾਪ ਖੋਇਕ ਪੁਨ ਵੈਕੁੰਠ ਸਧਾਵੈ ਅਜਾ ਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ ਜਾਗਤ ਕੋ ਜੋਗੀ ਸੁਰਵਾਂਸ਼ਤ ਸੋਗਤ ਛਿੰਨ ਮੈਂ ਪਾਈ ਨਾਹਨ ਗੁਣ ਨਾਹਨ ਕਛ ਵਿਦਿਆ ਧਰਮ ਕੌਣ ਗਜ ਕੀ ਨਾਨਕ ਬਿਰਧ ਰਾਮ ਕਾ ਦੇਖੋ ਅਭੈ ਦਾਨ ਤੇ ਦੀਨੋ ਨਾਹਨ ਗੁਣ ਨਾਹਨ ਕਛ ਵਿਦਿਆ ਧਰਮ ਕੌਣ ਗਜ ਕੀ ਨਾਨਕ ਬਿਰਧ ਰਾਮ ਕਾ ਦੇਖੋ ਅਭੈ ਦਾਨ ਤੇ ਦੀਨੋ ਸੰਤ ਸਵਾ ਜੈਕਾਰੋ ਸਤਿਗੁਰੂ ਜਗਤ ਦੇ ਰਹਿਬਰ ਜਗਤ ਗੁਰੂ ਕੁੱਲ ਕਾਇਨਾਤ ਦੇ ਸਿਰਜਣਹਾਰ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਸਮੇਂ ਪਾਤਸ਼ਾਹ ਗੁਰਦੇਵ ਜਗਤ ਨੂੰ ਉਤਾਰਦੇ ਹੋਏ ਅਚੱਲ ਬਟਾਲੇ ਸ਼ਹਿਰ ਵਿੱਚ ਤੇ
ਅਚਲ ਨਾਮ ਸ਼ਿਵ ਸਥਾਨ ਹੈ ਤੇ ਸ਼ਿਵਰਾਤਰੀ ਫੱਗਣ ਵਦੀ ਚੌਦਸ ਦਾ ਬਹੁਤ ਭਾਰੀ ਮੇਲਾ ਹੁੰਦਾ ਹੈ। ਬੜੇ ਜਗਤ ਵਿੱਚੋਂ ਉਸ ਮੇਲੇ ਤੇ ਸਿੱਧ ਆਏ ਸਨ। ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰੂ ਪਾਤਸ਼ਾਹ ਵੀ ਜਗਤ ਨੂੰ ਉਤਾਰਨ ਲਈ ਭੁੱਲਿਆਂ ਨੂੰ ਮਾਰਗ ਪਾਉਣ ਲਈ ਉੱਥੇ ਪਹੁੰਚੇ। ਸਤਿਗੁਰੂ ਪਾਤਸ਼ਾਹ ਜੀ ਨੇ ਵੀ ਨਾਲ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਆਸਣ ਲਾਇਆ। ਸਿੱਧਾਂ ਨਾਲ ਉੱਥੇ ਸਤਿਗੁਰਾਂ ਨਾਲ ਵਿਚਾਰਾਂ ਹੋਈਆਂ। ਜੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨਾਲ ਸਿੱਧਾਂ ਨਾਲ ਵਿਚਾਰਾਂ ਹੋਈਆਂ, ਇਹ ਸਤਿਗੁਰੂ ਪਾਤਸ਼ਾਹ ਨੇ ਸਿੱਧ ਗੋਸ਼ਟ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ। ਇਸ ਬਾਣੀ ਦਾ ਨਾਮ ਸਿੱਧ ਗੋਸ਼ਟ ਹੈ। ਸੋ ਉਸ ਸਿੱਧ ਗੋਸ਼ਟ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖਾਂ ਸੰਗਤਾਂ ਪ੍ਰਤੀ ਪਾਵਨ ਉਪਦੇਸ਼ ਬਖਸ਼ਿਆ। ਸੁਣਾਵਣ ਲੱਗੇ, ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਜੀ ਕਿ ਅਸੀਂ ਅਚਲ ਬਟਾਲੇ ਗਏ, ਸਿੱਧਾਂ ਨਾਲ ਸਾਡੀਆਂ ਵਿਚਾਰਾਂ ਹੋਈਆਂ। ਸਤਿਗੁਰੂ ਪਾਤਸ਼ਾਹ ਚੱਲ ਰਹੀ ਲੜੀਵਾਰ ਕਥਾ ਵਿੱਚ ਪਾਵਨ ਉਪਦੇਸ਼ ਬਖਸ਼ਦੇ ਨੇ। ਜੋ ਸਿੱਧਾਂ ਨਾਲ ਵਿਚਾਰਾਂ ਹੋਈਆਂ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਵਿੱਚ ਉਪਦੇਸ਼ ਦਿੰਦੇ ਨੇ। ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈਕਾਰੋ। ਹੇ ਭਾਈ, ਸਿੱਧ ਸਭਾ ਲਾ ਕੇ ਆਸਣਾਂ ਪਰ ਬੈਠੇ ਹੋਏ ਸੀ, ਤਬ ਅਸਾਂ ਨੇ ਕਿਹਾ ਹੇ ਸੰਤ ਸਭਾ ਤੁਹਾਨੂੰ ਜੈ ਜੈਕਾਰ ਕਹੀਏ ਨਮਸਕਾਰ। ਸਭਾ ਸੰਤ ਸਭਾ ਜੈ ਕਰੋ, ਕਿਉਂਕਿ ਸੰਤ ਸਿੱਧ ਬੈਠੇ ਸੀ। ਸਭਨਾ ਨੂੰ ਨਮਸਕਾਰ, ਜੈਕਾਰੋ ਕਹੀਏ ਨਮਸਕਾਰ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕਹੇ, ਸਿੱਧ ਕਹਿਣ ਲੱਗੇ ਤੁਸਾਂ ਨੇ ਭਿੰਨ ਭਿੰਨ ਨਮਸਕਾਰ ਕਿਉਂ ਨਹੀਂ ਕੀਤੀ? ਕਿਉਂਕਿ ਕਿੰਨੇ ਸਿੱਧ ਬੈਠੇ ਸਨ, ਇੱਕ ਦੋ ਜਾਣੇ ਨਹੀਂ ਸਨ। ਪਾਤਸ਼ਾਹ ਨੂੰ ਕਹਿਣ ਲੱਗੇ ਸਿੱਧ, ਤੁਸਾਂ ਨੇ ਸਭਨਾ ਨੂੰ ਭਿੰਨ ਭਿੰਨ ਨਮਸਕਾਰ ਕਿਉਂ ਨਹੀਂ ਕੀਤੇ? ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕਹੇ, ਇੱਥੋਂ ਤੋਂ ਪੁਰਾਣਾ ਦਾ ਭਰੋਸਾ ਕੁਛ ਨਹੀਂ, ਦੂਸਰੇ ਭਿੰਨ ਭਿੰਨ ਕਰਨੇ ਸੇ ਦੇਰੀ ਲੱਗਦੀ ਸੀ। ਅਸੀਂ ਇੰਝ ਕਹਿ ਦਿੰਦਾ, ਅਸੀਂ ਇਕੱਠਿਆਂ ਨੂੰ ਹੀ ਨਮਸਕਾਰ ਸਭਨਾ ਨੂੰ ਕਹੇ, ਸੰਤ ਸਭਾ ਜੈਕਾਰ ਕਿ ਸਾਰੀ ਸਭਾ ਜੋ ਸੰਤਾਂ ਦੀ ਇਕੱਤਰ ਹੋਈ, ਸਭਨਾ ਨੂੰ ਨਮਸਕਾਰ ਹੈ। ਤਿਸ ਆਗੈ ਰਹਿ ਰਾਸ ਹਮਾਰੀ ਸਾਚਾ ਅਪਰੋ ਅਪਾਰੋ। ਹੇ ਸਿੱਧੋ, ਸਾਡੀ ਤਿਸ ਅੱਗੇ ਰਹਿ ਰਾਸ ਕਹੀਏ ਨਮਸਕਾਰ ਹੈ। ਜੋ ਸੱਚਾ ਅਪਰੇ ਅਪਾਰ ਮੇਰਾ ਵਾਂਗੀ ਗੁਰੂ ਨਿਰੰਕਾਰ ਹੈ, ਮੈਂ ਦੋਹਾਂ ਨੂੰ ਨਮਸਕਾਰ ਨਹੀਂ ਕਰੀ? ਪਾਤਸ਼ਾਹ ਫਰਮਾਉਂਦੇ, ਤਿਸ ਆਗੈ ਰਹਿ ਰਾਸ ਹਮਾਰੀ ਸਾਚਾ ਅਪਰੇ ਅਪਾਰ, ਸੱਚਾ ਆਪਣੀ ਅਪਾਰ ਹੈ, ਮੈਂ ਦੋਹਾਂ ਨੂੰ ਨਮਸਕਾਰ ਨਹੀਂ ਕਰੀ। ਮਸਤਕ ਕਾਟ ਧਰੀ ਤਿਸ ਆ ਗਏ ਤਨ ਮਨ ਆ ਗਏ ਦਿਓ। ਮਸਤਕ ਕੱਟ ਕੇ ਤਨ ਮਨ ਸਭ ਅੱਗੇ ਧਰ ਦੇਵਾਂ ਜੇ ਕਹੋ। ਸੋ ਜੋ ਪਰਮੇਸ਼ੁਰ ਨੂੰ ਤਨ ਮਨ ਦਿੰਦੇ ਹੋ, ਤੋ ਸਿੱਧਾਂ ਨੂੰ ਨਮਸਕਾਰ ਕਿਉਂ ਨਹੀਂ ਕੀਤੀ? ਪਾਤਸ਼ਾਹ ਕਹਿਣ ਲੱਗੇ, ਸਿੱਧ ਗੁਰੂ ਨਾਨਕ ਦੇਵ ਮਹਾਰਾਜ ਪਰਮੇਸ਼ੁਰ ਨੂੰ ਤਨ ਤੇ ਮਨ ਦਿੰਦੇ ਹੋ, ਉਹ ਸਿੱਧਾਂ ਨੂੰ ਨਮਸਕਾਰ ਕਿਉਂ ਨਹੀਂ ਕੀਤਾ?
ਮਸਤਕ ਕਾਟ ਧਰੀ ਕਿਸੇ ਆਗੈ ਤਨ ਮਨ ਆਗੈ। ਜੋ ਪਰਮੇਸ਼ਰ ਨੂੰ ਨਾ ਤਨ ਮਨ ਦਿੰਦੇ ਹੋ ਤਾਂ ਸਿੱਧਾਂ ਨੂੰ ਨਮਸਕਾਰ ਕਿਉਂ ਕਰੇ? ਇਹ ਬਚਨ ਕਹਿਣ ਲੱਗੇ ਪਾਤਸ਼ਾਹ ਫਿਰ ਫਰਮਾਉਂਦੇ ਨੇ ਜੋ ਸਿੱਧਾਂ ਨੇ ਬਚਨ ਕਹੇ, ਨਾਨਕ ਸੰਤ ਮਿਲੈ ਸੱਚ ਪਾਈਐ ਸਹਿਜ ਭਾਈ ਜਸ ਲਿਓ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਇਹ ਸਿੱਧੋ ਸੰਤਾਂ ਦੇ ਮਿਲੇ ਹਾਂ, ਸੱਚ ਰੂਪ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ, ਤਾਂ ਅਸੀਂ ਤੁਹਾਨੂੰ ਨਮਸਕਾਰ ਕੀਤਾ। ਸਹਿਜ ਸੁਭਾਏ ਕਹੀ ਜਾਂਦੇ ਨੇ, ਯਤਨ ਹੀ ਜਸ ਨੂੰ ਲਈਦਾ, ਕਿਉਂਕਿ ਸੰਗ ਰੱਬ ਦੇ ਜਨਾਂ ਸੰਤਾਂ ਦਾ ਹੋਇਆ, ਸਿੱਧਾਂ ਪੁਰਸ਼ਾਂ ਦਾ। ਸਿੱਧ ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਕਿਉਂਕਿ ਵਡੇਰੀਆਂ ਉਮਰਾਂ ਦੇ ਸਨ, ਹਜ਼ਾਰਾਂ ਵਰ੍ਹਿਆਂ ਦੀਆਂ ਉਹਨਾਂ ਸਿੱਧਾਂ ਦੀਆਂ ਉਮਰਾਂ, ਪਾਤਸ਼ਾਹ ਜੀ ਬਾਲਕ ਛੋਟੀ ਆ ਜੀ। ਪਾਤਸ਼ਾਹ ਨੂੰ ਕਹਿਣ ਲੱਗੇ, ਹੇ ਬਾਲੇ ਚੱਲ ਤੈਨੂੰ ਅਸੀਂ ਤੀਰਥ ਯਾਤਰਾ ਕਰਵਾਈਏ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕਹੇ, ਸਤਿਗੁਰਾਂ ਨੂੰ ਬਾਲਾ ਕਹਿੰਦੇ ਸਨ ਕਿਉਂਕਿ ਵਡੇਰੀਆਂ ਉਮਰਾਂ ਦੇ ਸਨ ਸਿੱਧ। ਸਿੱਧ ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਤੁਹਾਨੂੰ ਤੀਰਥ ਯਾਤਰਾ ਕਰਵਾਈਏ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਕਿਆ ਭਵੀਐ ਸੱਚ ਸੂਚਾ ਹੋਏ। ਹੇ ਸਿੱਧੋ, ਭਵਣੇ ਕਰਕੇ ਕਿਆ ਹੁੰਦਾ? ਸੱਚ ਨਾਮ ਜਪ ਕੇ ਜੀਓ ਸੁੱਚਾ ਹੁੰਦਾ। ਇਹ ਜਗਤ ਚ ਭਵੀਏ ਤੀਰਥ ਯਾਤਰਾ ਕਰੀਏ ਕਿਆ ਹੁੰਦਾ? ਇੱਕ ਨਾਮ ਜਪ ਕੇ ਹੀ ਇਹ ਜੀਵ ਪਵਿੱਤਰ ਸੁੱਚਾ ਹੋ ਜਾਂਦਾ। ਨਾਮ ਜਪ ਸਾਚ ਸ਼ਬਦ ਬਿਨ ਮੁਕਤ ਨਾ ਕੋਈ, ਸਾਚ ਸ਼ਬਦ ਬਿਨ ਮੁਕਤ ਨਾ ਕੋਈ। ਸੱਚੇ ਗੁਰੂ ਦੇ ਸ਼ਬਦ ਤੋਂ ਬਿਨਾਂ ਮੁਕਤ ਕੋਈ ਨਹੀਂ ਹੁੰਦਾ। ਸਿੱਧ ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜੋ ਬਚਨ ਕਹੇ ਪਾਤਸ਼ਾਹ ਜੀ, ਪਾਵਨ ਬਚਨ ਕਹਿੰਦੇ, ਕਵਨ ਤੁਮੇ ਕਿਆ ਨਾਉ ਤੁਮਾਰਾ, ਕੌਣ ਮਾਰਗ ਕੌਣ ਸੁਆਉ। ਸਿੱਧ ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਆਪ ਕਵਣ ਸਰੂਪ ਹੋ, ਤੁਹਾਡਾ ਨਾਮ ਕੀ ਹੈ, ਤੇਰਾ ਰਸਤਾ ਕਿਹੜਾ, ਤੇਰਾ ਪ੍ਰਯੋਜਨ ਕੀ ਹੈ? ਗੁਰੂ ਨਾਨਕ ਦੇਵ ਮਹਾਰਾਜ ਨੂੰ ਸਿੱਧ ਕਹਿੰਦੇ ਨੇ, ਕਵਨ ਤੁਮੇ ਕਿਆ ਨਾਉ ਤੁਮਾਰਾ, ਕੌਣ ਮਾਰਗ ਕੌਣ ਸੁਆਉ। ਸਾਚ ਕਹੋ ਅਰਦਾਸ ਹਮਾਰੀ, ਹੋ ਸੰਤ ਜਨਾ ਵੱਲ ਜਾਓ। ਇਹ ਸਿੱਧੋ, ਮੈਂ ਸੱਚ ਕਹਿੰਦਾ ਸਾਂ, ਸੰਤਾਂ ਦੇ ਅੱਗੇ ਸਾਡੀ ਅਰਦਾਸ ਹੈ, ਹੋ ਸੰਤ ਜਨਾ ਦੇ ਬਲਿਹਾਰ ਜਾਂਦਾ ਸਾਂ, ਕਿਉਂਕਿ ਸੱਚ ਸੂਪ ਦਾ ਸੱਚ ਕਹਿਣੇ ਵਾਲਾ ਸਾਂ, ਮੇਰਾ ਨਾਮ ਅਰਦਾਸੀਆ ਹੈ ਪਾਤਸ਼ਾਹ ਕਹਿੰਦੇ ਨੇ। ਸੰਤਾਂ ਦਾ ਜੋ ਮਾਰਗ, ਸੰਤਾਂ ਦਾ ਜੋ ਰਸਤਾ, ਸੋਈ ਸਾਡਾ ਮਾਰਗ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਸੰਤਾਂ ਸਿੱਧਾਂ ਨੂੰ ਕਹਿਣ ਲੱਗੇ, ਸੰਤਾਂ ਦੇ ਬਲਿਹਾਰ ਜਾਣਾ ਇਹੀ ਪ੍ਰਯੋਜਨ ਹੈ ਸਾਡਾ। ਪਾਤਸ਼ਾਹ ਕਹਿਣ ਲੱਗੇ, ਸਾਚ ਕਹੋ ਅਰਦਾਸ ਹਮਾਰੀ, ਹੋ ਸੰਤ ਜਨਮ ਵੱਲ ਜਾਓ। ਜੋ ਸੰਤਾਂ ਦਾ ਸੂਪ, ਸੋਈ ਮੇਰਾ ਸਰੂਪ ਹੈ, ਜੋ ਸੰਤਾਂ ਦਾ ਨਾਮ, ਸੋਈ ਮੇਰਾ ਨਾਮ ਹੈ। ਪਾਤਸ਼ਾਹ ਕਹਿਣ ਲੱਗੇ, ਜੋ ਸੰਤਾਂ ਦਾ ਮਾਰਗ, ਉਹੀ ਮੇਰਾ ਮਾਰਗ ਹੈ।
ਜੋ ਸੰਤਾਂ ਦਾ ਪ੍ਰਯੋਜਨ ਉਹੀ ਮੇਰਾ ਪ੍ਰਯੋਜਨ। ਫਿਰ ਸਿੱਧ ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਦੇ ਬਚਨ ਕਹੇ, ਕਹਿ ਬੈ ਸੋ ਕਹਿ ਰਹੀ ਹੈ ਬਾਲ, ਕਹਿ ਆਵੋ ਕਹਿ ਜਾਓ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿਣ ਲੱਗੇ, ਹੇ ਬਾਲੇ ਕਿੱਥੇ ਬੈਠਦੇ, ਕਿੱਥੇ ਰਹਿੰਦੇ ਹੋ? ਪੁੱਛਦੇ ਨੇ ਸਿੱਧ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਤੁਹਾਡਾ ਆਸਣ ਕਿੱਥੇ ਹੈ, ਰਹਿੰਦੇ ਕਿੱਥੇ ਹੋ, ਕਿੱਥੋਂ ਆਏ ਹੋ, ਕਿੱਥੇ ਨੂੰ ਜਾਵੋਗੇ? ਇਹ ਸਵਾਲ ਕੀਤਾ ਸਿੱਧਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪੁੱਛਿਆ, ਕਹਿ ਵੈਸੋ ਕਹਿ ਰਹੀ ਹੈ ਬਲ, ਕਹਿ ਆਵੋ ਕਹਿ ਜਾਓ। ਨਾਨਕ ਬੋਲੇ ਸੁਣ ਵੈਰਾਗੀ, ਕਿਆ ਤੁਮਾਰਾ ਰਾਹੋ। ਨਾਨਕ ਬੋਲੇ ਸੁਣ ਵੈਰਾਗੀ, ਕਿਆ ਤੁਮਾਰਾ ਰਾਹੋ। ਪਾਤਸ਼ਾਹ ਕਹਿਣ ਲੱਗੇ ਸੰਗਤ ਨੂੰ, ਸਿੱਖੋ, ਵੀ ਸਾਨੂੰ ਸਿੱਧ ਬੋਲੇ, ਕਹਿਣ ਲੱਗੇ ਸਿੱਧ, ਹੇ ਵੈਰਾਗਵਾਨ, ਤੁਹਾਡਾ ਰਾਹ ਕਿਹੜਾ ਹੈ, ਕਿਸ ਰਸਤੇ ਤੁਸੀਂ ਚੱਲਦੇ, ਰਸਤਾ ਤੁਹਾਡਾ ਕਿਹੜਾ ਹੈ, ਮਾਰਗ ਕਿਹੜਾ ਹੈ? ਪਾਤਸ਼ਾਹ ਫਿਰ ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ, ਘੱਟ ਘੱਟ ਵੈਸ ਨਿਰੰਤਰ ਰਹੀ ਹੈ ਚਾਲ, ਸਤ ਗੁਰ ਪਾਏ। ਘੱਟ ਘੱਟ ਵੈਸ ਨਿਰੰਤਰ ਰਹੀ ਹੈ ਚੱਲ ਹੀ ਸਤਿਗੁਰ ਪਾਏ। ਘਟਾਂ ਘਟਾਂ ਵਿੱਚ ਜੋ ਇੱਕ ਰਸ ਅਸਤਿਤ ਹੈ, ਮੇਰਾ ਵਾਹਿਗੁਰੂ, ਜਿਸ ਵਿੱਚ ਅਸੀਂ ਰਹਿੰਦੇ ਹਾਂ, ਜੋ ਘੱਟ ਘੱਟ ਵਿੱਚ ਵਸਦਾ, ਉਹ ਸਤਿਗੁਰੂ ਦੀ ਆਗਿਆ ਅਨੁਸਾਰ ਚੱਲਣਾ ਇਹ ਸਾਡਾ ਰਾਹ ਹੈ ਕਿ ਗੁਰੂ ਦੀ ਆਗਿਆ ਮੰਨਣੀ ਹੈ, ਗੁਰ ਸ਼ਬਦੀ ਗੁਰਮਤੀ। ਸਹਿਜ ਆਏ ਹੁਕਮ ਸਦਾਏ, ਨਾਨਕ ਸਦਾਰ ਜਾਏ। ਸਹਿਜ ਹੀ ਹੁਕਮ ਨਾਲ ਆਏ ਖਾਂ, ਹੁਕਮ ਵਿੱਚ ਹੀ ਜਾਵਾਂਗੇ। ਪਾਤਸ਼ਾਹ ਕਹਿੰਦੇ ਸਾਨੂੰ ਹੁਕਮ ਹੋਇਆ ਆਉਣ ਦਾ, ਹੁਕਮ ਹੋਵੇਗਾ ਜਾਣਗਾ ਚਲੇ ਜਾਵਾਂ। ਸਹਿਜੇ ਆਏ ਹੁਕਮ ਸਦਾਏ, ਹੁਕਮ ਸਦਾ ਰਹੇ। ਸਰਵਕਾਰ ਪਰਮੇਸ਼ਵਰ ਦੀ ਆਗਿਆ ਵਿੱਚ ਹੀ ਚੱਲਦੇ ਹੀ ਹਾਂ। ਪਾਤਸ਼ਾਹ ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ, ਆਸਣ ਬੈਸਣ ਥਿਰ ਨਾਰਾਇਣ, ਐਸੀ ਗੁਰਮਤ ਪਾਏ। ਆਸਣ ਕਰਕੇ ਜੋ ਥਿਰ ਨਾਰਾਇਣ ਵਿੱਚ ਬੈਸਣਾ ਕੀਤਾ ਹੈ, ਸੋ ਐਸੀ ਗੁਰਮਤ ਹੈ ਪਿਆਰੇ, ਐਸੀ ਗੁਰਮਤ, ਇਸ ਕਰਕੇ ਸਰਬ ਸਾਧਨ ਪਾਏ ਨੇ ਅਸੀਂ, ਆਸਣ ਵੈਸਣ ਤਿਰ ਨਾਰਾਇਣ, ਐਸੀ ਗੁਰਮਤ ਪਾਏ, ਕਿਉਂਕਿ ਆਸਣ ਕਰਕੇ ਜੋ ਥਿਰ ਨਾਰਾਇਣ ਵਿੱਚ ਬੈਠਣਾ ਕੀਤਾ, ਇੱਕ ਹੋਏ ਜੁੜੇ ਗਾਂ ਰੱਤੇ ਗਾਂ, ਉੱਥੇ ਸਾਡਾ ਬੈਠਣਾ। ਗੌਰਮਖ ਬੂਜੈ ਆਪ ਪਛਾਣ, ਸੱਚੈ ਸੱਚ ਸਮਾਏ। ਜੋ ਗੁਰੂ ਦੁਆਰੇ ਸਮਝ ਕੇ ਆਪਣੇ ਆਪ ਦੀ ਪਹਿਚਾਣ ਕਰੇ ਪਹਿਚਾਣੇ, ਉਹ ਸੱਚੇ ਵਿੱਚ ਨਿਹਚੇ ਕਰਕੇ ਸਮਾ ਜਾਂਦਾ। ਤੁਸੀਂ ਵੀ ਗੁਰਮਤ ਅੰਗੀਕਾਰ ਕਰੋ। ਗੁਰੂ ਨਾਨਕ ਦੇਵ ਮਹਾਰਾਜ ਜੀ ਸਿੱਧਾਂ ਨੂੰ ਕਹਿਣ ਲੱਗੇ, ਆਪਣੇ ਆਪ ਨੂੰ ਪਹਿਚਾਣੋ, ਕੀ
ਕਿੱਥੋਂ ਆਏ ਹੋ, ਜਾਣਾ ਕਿੱਥੇ, ਆਉਣ ਦਾ ਲਕਸ ਪ੍ਰਯੋਜਨ ਕੀ? ਚਰਪਟ ਸਿੱਧ ਬੋਲਿਆ, ਕਹਿਣ ਲੱਗਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਦੁਨੀਆ ਸਾਗਰ ਦੁੱਤਰ ਕਹੀ ਹੈ, ਕਿਉਂ ਕਰ ਪਾਈਐ ਪਾਰੋ? ਸਵਾਲ ਕੀਤੇ, ਚਰਪਟ ਸਿੱਧ ਬੋਲਿਆ, ਸਵਾਲ ਕੀਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਇਹ ਜੋ ਦੁਨੀਆ ਦੁਸੱਤਰ ਕਠਨ ਸਮੁੰਦਰ ਕਹੀਦਾ ਹੈ ਕਿ ਬੜਾ ਕਠਨ ਹੈ, ਇਸਦੇ ਪਾਰ ਨੂੰ ਕਿਵੇਂ ਪਾਈਏ, ਕਿਵੇਂ ਇਸ ਤੋਂ ਪਾਰ ਹੋਈਏ, ਇਹ ਦੱਸੋ। ਚਰਪਟ ਬੋਲੇ ਓ ਦੂ ਨਾਨਕ ਦੇਹੋ ਸੱਚਾ ਵਿਚਾਰੋ। ਚਰਪਟ ਸਿੱਧ ਜੀ ਕਹਿਣ ਲੱਗੇ, ਹੇ ਅਵਧੂਤ ਨਾਨਕ ਸੱਚਾ ਉਤਰ ਵਿਚਾਰ ਕੇ ਦਿਓ। ਗੁਰੂ ਨਾਨਕ ਪਾਤਸ਼ਾਹ ਨੂੰ ਇਹ ਵਚਨ ਕਹਿੰਦੇ ਨੇ ਚਰਪਟ ਜੋਗੀ। ਸਿੱਧ ਜੀ ਇਹ ਕਹਿਣ ਲੱਗੇ, ਚਰਪਟ ਨੂੰ ਵਡਿਆਈ ਸਾਹਿਤ ਵਿੱਚ ਸਤਿਗੁਰਾਂ ਨੇ ਉੱਤਰ ਦਿੱਤਾ, ਕੀ ਵਚਨ ਕਹੇ? ਆਪੇ ਆਖੇ ਆਪੇ ਸਮਝੈ ਤਿਸ ਕਿਆ ਉੱਤਰ ਦੀਜੈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਚਰਪਟ ਸਿੱਧ ਨੂੰ, ਆਪੇ ਆਖੇ ਆਪੇ ਸਮਝੈ ਤਿਸ ਕਿਆ ਉੱਤਰ ਦੀਜੈ। ਜੋ ਆਪ ਪ੍ਰਸ਼ਨ ਕਰੇ ਆਪ ਹੀ ਸਮਝਦਾ ਹੋਵੇ, ਇਸ ਨੂੰ ਫਿਰ ਉੱਤਰ ਕੀ ਦੇਈਏ? ਆਪ ਸਭ ਸਮਝਦੇ ਹੋ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਵਚਨ ਕਹਿ ਕਿ ਤੁਸੀਂ ਤਾਂ ਆਪ ਬੜੇ ਸਿਆਣੇ ਹੋ, ਬੁੱਧੀਮਾਨ ਗਿਆਨਵਾਨ ਹੋ, ਤੁਸੀਂ ਤਾਂ ਸਮਝਦੇ ਹੋ, ਤੁਹਾਨੂੰ ਕੀ ਉੱਤਰ ਦੇਣਾ? ਆਪੇ ਆਖੇ ਆਪੇ ਸਮਝੈ ਤਿਸ ਕਿਹਾ ਉੱਤਰ ਦੀਜੈ। ਸਾਚ ਕਹੋ ਤੁਮ ਪਾਰ ਗਰਾਮੀ ਤੁਝ ਕਿਆ ਬੈਸਣ ਦੀਜੈ। ਅਸੀਂ ਸੱਚ ਕਹਿੰਦੇ ਹਾਂ, ਤੁਸੀਂ ਤੋਂ ਸੰਸਾਰ ਤੋਂ ਪਾਰ ਹੋ। ਗੁਰੂ ਨਾਨਕ ਪਾਤਸ਼ਾਹ ਜੀ ਨੇ ਵਡਿਆਈ ਬਖਸ਼ੀ ਉਹਨਾਂ ਚਰਪਟ ਜੋ ਸਿੱਧ ਨੂੰ, ਕਹਿਣ ਲੱਗੇ ਤੁਸੀਂ ਤਾਂ ਸੰਸਾਰ ਤੋਂ ਪਾਰ, ਤੁਹਾਨੂੰ ਉੱਤਰ ਕਿਹਾ ਦੇਈਏ? ਚਰਪਟ ਨੇ ਕਿਹਾ ਕਿ ਮੈਂ ਆਪ ਦੀ ਰਸਨਾ ਦੁਆਰਾ ਕੁਝ ਸੁਣਨਾ ਚਾਹੁੰਦਾ ਹਾਂ। ਸਤਿਗੁਰੂ ਤੁਸੀਂ ਰਸਨਾ ਨਾਲ ਕੁਝ ਤਾਂ ਇਹ ਕਿਰਪਾ ਕਰੋ, ਬਖਸ਼ੋ। ਬੜੀ ਨਿਮਾਨਤਾ ਨਿਮਰਤਾ ਵਿੱਚ ਚਰਪਟ ਸਿੱਧ ਆ ਗਿਆ, ਹੱਥ ਜੋੜੇ ਬੇਨਤੀ ਕੀਤੀ, ਮੈਂ ਤੁਹਾਡੀ ਰਸਨਾ ਤੋਂ ਕੁਝ ਸੁਣਨਾ ਚਾਹੁੰਦਾ। ਫਿਰ ਪਾਤਸ਼ਾਹ ਕਹਿਣ ਲੱਗੇ, ਜੈਸੇ ਜਲ ਮਹਿ ਕਮਲ ਨਰਾਲ ਮੁਰਗਾਈ ਨੈਸਾਣ। ਚਰਪਟ ਸਿੱਧ ਨੂੰ ਉੱਤਰ ਦਿੱਤਾ ਬਚਨ, ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਜੀ, ਚਰਪਟ ਜੀ, ਜੈਸੇ ਜਲ ਮੈਂ ਕਮਲ ਨਰਾਲਮ ਮੁਰਗਾਈ ਨੈਸਾਣੇ, ਜੈਸੇ ਜਲ ਵਿੱਚ ਕਮਲ ਅਸੰਗ ਰਹਿੰਦਾ ਹੈ, ਨਿਰਲੀਪ ਰਹਿੰਦਾ ਹੈ, ਜੈਸੇ ਮੁਰਗਾਈ ਦੀ ਅਸੰਗਤਾ ਵਿੱਚ ਨਿਸ਼ਾਨੀ ਹੈ, ਜੋ ਜਲ ਵਿੱਚ ਰਹਿ ਕੇ ਪੰਖ ਨਹੀਂ ਭਿੱਜ ਰਹੀ ਉਸਦੇ ਮਿਰਗਾਈ, ਐਸੇ ਸੰਸਾਰ ਵਿੱਚ ਸੰਤ ਭਗਤ ਫਕੀਰ ਅਸੰਗ ਰਹਿੰਦੇ ਨੇ, ਗੁਰਮੁਖ ਰਹਿੰਦੇ ਨੇ ਸੰਸਾਰ ਵਿੱਚ, ਨਿਰਲੇਪ ਦੇ ਅਸੰਗ ਨੇ, ਕੋਈ ਮੋਹ ਦੀ ਤੰਦ ਵਿੱਚ ਨਹੀਂ ਵੱਜਦੇ, ਕੋਈ ਧਨ ਮਾਇਆ ਪਦਾਰਥਾਂ ਵਿੱਚ ਨਹੀਂ ਵੱਜਦਾ। ਜੈਸੇ ਜਲ ਮਹਿ ਕਮਲ ਨਰਾਲਮ ਮੁਰਗਾਈ ਨੈਸਾਣ, ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਪ੍ਰੀਤੀ ਸੇ ਗੁਰੂ ਦੇ ਉਪਦੇਸ਼ ਨਾਮ ਨੂੰ ਜਪੀਏ, ਪ੍ਰੀਤੀ ਨਾਮ ਗੁਰ ਉਪਦੇਸ਼ੀ ਗੁਰਮਤੀਏ ਬਣ ਕੇ ਜਪੀਏ, ਇਉਂ ਭਾਵ ਸਾਗਰ ਤੋਂ ਤਰ ਜਾਈਦਾ। ਤਰੇ ਹੋਏ ਪੁਰਸ਼ਾਂ ਦੀ ਉਸਤਤੀ ਕਹਿੰਦੇ ਨੇ ਪਾਤਸ਼ਾਹ,
ਰਹਿ ਇਕਾਂਤ ਇੱਕੋ ਮਨ ਵਸਿਆ ਆਸਾ ਮਹੇ ਨਿਰਾਸੋ। ਉਹ ਇਕਾਂਤ ਰਹਿੰਦੇ ਨੇ, ਇੱਕ ਵਿੱਚ ਹੀ ਉਹਨਾਂ ਦਾ ਮਨ ਵਸਿਆ ਹੋਇਆ, ਆਸਾ ਦੇ ਵਿੱਚ ਹੀ ਉਹ ਨਿਰਾਸ ਨੇ। ਸਰ ਵਿਵਕਾਰਾਂ ਵਿੱਚ ਅਸੰਗ ਨੇ, ਨਰਲੇਪ ਨੇ, ਕੋਈ ਮੋਹ ਦੀ ਤੰਦ ਵਿੱਚ ਨਹੀਂ ਵੱਜਦੇ ਰੱਬ ਦੇ ਜਨ ਨਾਮ ਜਪਣ ਵਾਲੇ। ਪਾਤਸ਼ਾਹ ਫਰਮਾਉਂਦੇ ਨੇ, ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾਂ ਕਾ ਦਾਸੋ। ਪਰਮਾਤਮਾ ਨੂੰ ਆਪ ਦੇਖਿਆ ਉਹਨਾਂ ਨੂੰ ਦਿਖਾਉਂਦੇ ਨੇ, ਜਿਵੇਂ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਆਪ ਦਰਸ਼ਨ ਕੀਤੇ, ਅਨੇਕਾਂ ਨੂੰ ਦਰਸ਼ਨ ਕਰਵਾਏ। ਆਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪ੍ਰਤੱਖ ਕਰਕੇ ਪੂਜਿਆ, ਉਪਦੇਸ਼ ਬਖਸ਼ਿਆ ਕਿ ਸਤਿਗੁਰੂ ਹਾਜ਼ਰਾਂ ਹਜ਼ੂਰ ਨੇ, ਜਾਗਤ ਜੋਤ ਹੋਏ। ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾਂ ਕਾ ਦਾਸੋ। ਉਹ ਰੱਬ ਦਾ ਜਨ ਦਾਸ ਪਰਮਾਤਮਾ ਨੂੰ ਆਪ ਦੇਖਦਾ, ਦਰਸ਼ਨ ਕਰਦਾ, ਉਹ ਜਗਿਆਸੂਆਂ ਨੂੰ, ਸਤਸੰਗੀਆਂ ਨੂੰ ਕਰਾਉਂਦਾ। ਅਸੀਂ ਤਿੰਨਾਂ ਦੇ ਦਾਸ ਹਾਂ, ਪਾਤਸ਼ਾਹ ਕਹਿੰਦੇ ਨੇ ਤੁਸੀਂ ਵੀ ਦਾਸਾ ਪਾਓ, ਅੰਗੀਕਾਰ ਕਰੋ। ਚਰਪਟ ਸਿੱਧ ਨੂੰ ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਜੀ, ਤੁਸੀਂ ਵੀ, ਤੁਹਾਨੂੰ ਵੀ ਪ੍ਰਾਪਤੀ ਹੋ ਜਾਵੇ, ਦਾਸਾ ਭਾਵ ਧਾਰੋ। ਸਿੱਧ ਤਿੰਨ ਪੁਜੀਸ਼ਨ ਕੀਤੇ, ਤਿੰਨ ਹੀ ਉਤਰੇ ਇਸ ਪੌੜੀ ਵਿੱਚ ਸਤਿਗੁਰਾਂ ਨੇ ਫਿਰ ਬਖਸ਼ੇ। ਸੁਣ ਸੁਆਮੀ ਅਰਦਾਸ ਹਮਾਰੀ ਪੁੱਛੋ ਸਾਚ ਵਿਚਾਰੋ। ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ, ਇਹ ਸੁਆਮੀ ਸਾਡੀ ਬੇਨਤੀ ਸੁਣੋ, ਅਸੀਂ ਸੱਚ ਪੁੱਛਦੇ ਹਾਂ, ਵਿਚਾਰ ਕੇ ਉੱਤਰ ਦਿਓ। ਸਿੱਧ ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਜੀ, ਸੁਣ ਸੁਆਮੀ ਅਰਦਾਸ ਹਮਾਰੀ। ਬੜੀ ਨਿਮਰਤਾ ਨਿਵਾਣਤਾ ਵਿੱਚ ਪਾਵਨ ਬਚਨ ਸੁਣ ਕੇ ਸਤਿਗੁਰੂ ਦੇ ਦਰਸ਼ਨ ਦਾਰੇ ਕਰਕੇ ਆਏ, ਹੱਥ ਜੋੜੇ ਅਰਜ ਬੇਨਤੀ ਕੀਤੀ, ਸੁਣ ਸੁਆਮੀ ਅਰਦਾਸ ਹਮਾਰੀ ਪੁੱਛੋ ਸਾਚ ਵਿਚਾਰੋ। ਸਤਿਗੁਰੂ ਅਸੀਂ ਬੇਨਤੀ ਸਾਡੀ ਸੁਣੋ, ਤੁਹਾਡੇ ਚਰਨਾਂ ਵਿੱਚ ਬੇਨਤੀ, ਸੱਚ ਪੁੱਛਦੇ ਹਾਂ, ਵਿਚਾਰ ਕੀ ਉੱਤਰਦੇ। ਰੋਸ ਨਾ ਕੀਜੈ ਉੱਤਰ ਦੀਜੈ ਕਿਉਂ ਪਾਈਐ ਗੁਰ ਦੁਆਰੋ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਿੱਧ ਕਹਿਣ ਲੱਗੇ, ਰੋਸ ਨਾ ਕੀਜੈ, ਨਾਰਾਜ਼ ਨਾ ਹੋਇਓ, ਗੁੱਸਾ ਨਾ ਕਰੋ ਕਿ ਅਸੀਂ ਪੁੱਛ ਰਹੇ। ਰੋਸ ਨਾ ਕੀਜੈ ਉੱਤਰ ਦੀਜੈ ਕਿਉਂ ਪਾਈਐ ਗੁਰ ਦੁਆਰੋ। ਆਪ ਕ੍ਰੋਧ ਨਾ ਕਰਨਾ, ਸਾਨੂੰ ਉੱਤਰ ਦੇਣਾ, ਅਸੀਂ ਨਿਮਾਨਤਾ ਨਿਮਰਤਾ ਨਾਲ ਪੁੱਛਦੇ। ਪਰਮੇਸ਼ੁਰ ਨੂੰ, ਉਸ ਖੁਦਾ ਪਰਮਾਤਮਾ ਨੂੰ ਕਿਸ ਪ੍ਰਕਾਰ ਪਾਈਏ, ਕਿਵੇਂ ਪ੍ਰਾਪਤ ਹੋਵੇ। ਪਾਤਸ਼ਾਹ ਕਹਿਣ ਲੱਗੇ, ਪਰਮੇਸ਼ੁਰ ਨੂੰ ਗੁਰੂ ਦੁਆਰੇ ਪਾਈਦਾ, ਗੁਰੂ ਦੀ ਸੰਗਤ ਕਰਕੇ ਗੁਰ ਸ਼ਬਦੀ ਗੁਰਮਤੀਏ ਬਣ ਕੇ ਪਾਈਦਾ। ਪਾਤਸ਼ਾਹ ਨੂੰ ਫਿਰ ਸਿੱਧ ਕਹਿਣ ਲੱਗੇ, ਇਹੋ ਮਨ ਚੱਲ ਤੋ ਸੱਚ ਘਰ ਵੈਸੈ ਨਾਨਕ ਨਾਮ ਅਧਾਰੋ। ਇਹ ਮਨ ਤਾਂ ਬੜਾ ਚੰਚਲ ਹੋਇਆ, ਕਿਨ ਮਾਨਸਾ ਖੇਨ ਤੋਲੇ ਹੋ ਜਾ, ਪਰਮੇਸ਼ੁਰ ਵਿੱਚ ਕਿਵੇਂ ਅਸਤਿਤ, ਕਿਵੇਂ ਨਾਮ ਦੇ ਆਸਰੇ ਅਸਤਿਤ ਹੁੰਦਾ। ਫਿਰ ਪਾਤਸ਼ਾਹ ਕਹਿਣ ਲੱਗੇ, ਨਾਨਕ ਨਾਮ ਅਧਾਰੋ, ਆਧਾਰ ਨਾਮ ਦਾ ਲਵੋ, ਜੁੜ ਜਾਵੇਗਾ ਮਨ, ਅਮੋੜ ਸੱਚੇ ਦੇ ਨਾਮ ਦੀ ਉਪਾਸ਼ਕ ਬਣ ਜਾ। ਪਾਤਸ਼ਾਹ ਫਰਮਾਉਂਦੇ,
ਆਪੇ ਮੇਲ ਮਿਲਾਏ ਕਰਤਾ ਲਾਗੈ ਸਾਚ ਪਿਆਰੋ। ਆਪਣੇ ਮੇਲ ਵਿੱਚ ਕਰਤਾ ਕਿਵੇਂ ਮਿਲਾਵੇ? ਬੇਨਤੀ ਕੀਤੀ। ਪਾਤਸ਼ਾਹ ਕਹਿਣ ਲੱਗੇ ਝੂਠ ਤਿਆਗ ਕੇ ਜੇ ਸੱਚ ਵਿੱਚ ਪਿਆਰ ਲੱਗ ਜਾਵੇ ਤਾਂ ਕਰਤਾ ਮੇਲ ਵਿੱਚ ਆਪ ਮਿਲਾ ਲੈਂਦਾ। ਆਪੇ ਮੇਲ ਮਿਲਾਏ ਕਰਤਾ ਲਾਗੈ ਸਾਚ ਪਿਆਰੋ। ਜੇ ਝੂਠ ਨੂੰ ਤਿਆਗ ਦਈਏ ਸੱਚ ਵਿੱਚ ਪਿਆਰ ਲੱਗ ਜਾਵੇ, ਸੱਚ ਦਾ ਵਣਜ ਦੇ ਵਪਾਰ ਕਰੀਏ ਫਿਰ ਆਪ ਹੀ ਮਿਲਾ ਲੈਂਦਾ। ਵਿਛੜਿਆ ਮੇਲੇ ਪਰੇ ਆਪ ਮਿਲਾਉਂਦਾ। ਲੋਹਾ ਰਾਪਾ ਸਿੱਧ, ਲੋਹਾ ਰੀਪਾ ਸਿੱਧ ਕਹਿਣ ਲੱਗਾ ਗੁਰੂ ਨਾਨਕ ਪਾਤਸ਼ਾਹ ਨੂੰ ਕਿ ਸਿੱਧਾਂ ਦਾ ਨਿੱਜ ਸਿਧਾਂਤ ਕਹਿੰਦਾ ਹੈ। ਲੋਹਾ ਰੀਪਾ ਸਿੱਧ ਕਹਿਣ ਲੱਗਾ ਸਿੱਧਾਂ ਦਾ ਨਿੱਜ ਸਿਧਾਂਤ ਕਹਿੰਦਾ ਹੈ। ਖਾਟੀ ਬਾਟੀ ਰਹਿ ਨਰਾਲੇ ਰੂਖ ਬਿਰਖ ਉਦਿਆਨੇ। ਦੁਕਾਨ ਖਾਟੀ, ਖੱਟ ਦੁਕਾਨ ਨੂੰ ਕਹਿੰਦੇ ਨੇ। ਦੁਕਾਨ ਭਾਵ ਘਰ ਰਸਤੇ, ਇਹਨਾਂ 'ਤੇ ਸਿਰ ਨਿਆਰਾ ਰਹਿ ਕੇ ਉਦਿਆਨ ਦੇ ਬਿਰਛਾਂ ਵਿੱਚ ਜਾ ਬੈਠੇ। ਨਿਸਫਲ ਵਿਰਖ ਫਲ ਵਾਲ ਉਦਿਆਨ ਦੇ ਬਿਰਛਾਂ ਦੇ ਰੁੱਖ ਰੱਖੇ। ਕੰਦ ਮੂਲ ਆਹਾਰੋ ਖਾਈਐ ਉਦੂ ਬੋਲੈ ਗਿਆਨੇ। ਕੰਦ ਜੋ ਵਰਤਲਾਕਾਰ ਮੂਲੀ ਦੀ ਤਰ੍ਹਾਂ ਜੋ ਲੰਬਾਈ ਵਿੱਚ ਹੋਵੇ, ਜੋ ਜ਼ਮੀਨ ਦੇ ਵਿੱਚੋਂ ਨਿਕਲਦੇ, ਸੋ ਮੂਲ ਇਹਨਾਂ ਦਾ ਆਹਾਰ ਕਰੇ, ਮੁੱਖ ਤੇ ਸ਼ੁੱਧ ਗਿਆਨ ਬੋਲੇ। ਤੀਰਥ ਨਾਈਐ ਸੁੱਖ ਫਲ ਪਾਈਐ ਮੈਰ ਨਾ ਲਾਗੈ ਕਾਈ। ਤੀਰਥਾਂ ਦਾ ਇਸ਼ਨਾਨ ਕਰੀਏ ਤਾਂ ਸੁੱਖ ਰੂਪ ਫਲ ਮਿਲਦਾ, ਕਿਸੇ ਪ੍ਰਕਾਰ ਦੀ ਮੈਲ ਨਹੀਂ ਲੱਗਦੀ। ਗੋਰਖ ਪੂਤ ਲੋਹਾ ਰੀਪਾ ਬੋਲੈ ਜੋਗ ਜੁਗਤ ਬਿਦਸਾਈ। ਗੋਰਖ ਪੂਤ, ਗੋਰਖਨਾਥ ਦਾ ਬੇਟਾ ਪੁੱਤਰ, ਗੋਰਖ ਪੂਤ ਲੋਹਾ ਰੀਪਾ ਬੋਲੈ ਜੋਗ ਜੁਗਤ ਬਿਦਸਾਈ। ਗੋਰਖਨਾਥ ਦਾ ਬੇਟਾ ਚੇਲਾ ਲੋਹਾ ਰੀਪਾ ਬੋਲਦਾ ਹੈ, ਕਹਿਣ ਲੱਗਾ ਕਿ ਨਾਨਕ ਯੁੱਗ ਵਿੱਚ ਜੁੜਨੇ ਦੀ ਵਿਧੀ ਇਹੀ ਹੈ ਜੋ ਮੈਨੇ ਪਿੱਛੇ ਕਹੀ। ਇਹ ਪਾਤਸ਼ਾਹ ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਨਿੱਜ ਸਿਧਾਂਤ ਫਰਮਾਉਂਦੇ ਨੇ। ਖਾਟੀ ਬਾਟੀ ਨੀਂਦ ਨਾ ਆਵੈ ਪਰ ਕਰ ਚਿੱਤ ਨਾ ਡੋਲਾਈ। ਬਿਨ ਨਾਵੈ ਮਨ ਟੇਕ ਨਾ ਟਿਕਈ ਨਾਨਕ ਭੂਖ ਨਾ ਜਾਈ। ਘਰਾਂ ਵਿੱਚ ਰਹੇ ਰਸਤੇ ਵਿੱਚ ਵੀ ਚੱਲੇ ਪ੍ਰੰਤੂ ਅਵਿਦਿਆ ਰੂਪ ਨਿੰਦਰਾ ਨਾ ਆਵੇ ਮਨੁੱਖ ਨੂੰ, ਪਰ ਇਸਤਰੀ ਵਿੱਚ ਚਿੱਤ ਨਾ ਡੁਲਾਵੇ ਪਰਮੇਸ਼ਰ ਦੇ ਨਾਮ। ਬਿਨਾਂ ਮਨ ਨੂੰ ਨਾ ਟਕਾ ਨਾਮ ਜਪਣੇ ਦੀ ਭੁੱਖ ਨਾ ਜਾਵੇ, ਚਾਹ ਬਣੀ ਰਹੇ ਨਾਮ ਜਪਣ ਕੇ। ਜਪਣਾ ਅੱਜ ਜਪਿਆ ਹੈ, ਅਧਿਕ ਜਪਣਾ ਹੈ, ਵੱਧ ਜਪਣਾ ਪਿਆਸ ਨਾਮ ਦੀ। ਪਾਤਸ਼ਾਹ ਕਹਿੰਦੇ ਨੇ ਬਿਨ ਨਾਵੈ ਮਨ ਟੇਕ ਨਾ ਟਿਕਈ। ਬਿਨਾਂ ਨਾਮ ਤੋਂ ਮਨ ਨਾ ਟਿਕਾ, ਨਾਨਕ ਭੁੱਖ ਨਾ ਜਾਈ, ਮਨ ਦੀ ਭੁੱਖ ਪਿਆਸ ਨਾ ਦੂਰ ਹੋਵੇ, ਲੱਗੀ ਹੀ ਰਹੇ। ਖਾਟ ਪਟਣ ਕਰ ਗੁਰੂ ਦਿਖਾਇਆ ਸਹਿਜੇ ਸੱਚ ਵਾਪਾਰੋ। ਸਰੀਰ ਰੂਪ ਸ਼ਹਿਰ ਵਿੱਚ ਹਿਰਦਾ ਜੋ ਹੱਟ ਹੈ
ਇਸ ਵਿੱਚ ਸਰੂਪ ਆਪਣਾ ਗੁਰੂ ਨੇ ਦਿਖਾ ਦਿੱਤਾ। ਅਬ ਸੁਤੇ ਹੀ ਸੱਚ ਨਾਮ ਦਾ ਜਪਣਾ ਰੂਹ ਪਿਓ ਪਾਰ ਕਰਦੇ। ਖੰਡਤ ਨਿੰਦਰਾ ਅਲਪ ਆਹਾਰੰਗ ਨਾਨਕ ਤਤ ਵਿਚਾਰੋ। ਨਿੰਦਰਾ ਖੰਡਿਤ ਕੀਤੀ ਗਏ, ਨਿੰਦਰਾ ਨੀਂਦ ਥੋੜਾ ਆਹਾਰ ਕਰਦੇ, ਕਿਉਂਕਿ ਰੱਬ ਦੇ ਜਨ ਥੋੜਾ ਹੀ ਖਾਂਦੇ ਨੇ, ਥੋੜਾ ਹੀ ਸੌਂਦੇ ਨੇ, ਆਹਾਰ ਥੋੜਾ। ਖੰਡਤ ਨਿੰਦਰਾ ਅਲਪ ਆਹਾਰ ਨਾਨਕ ਤਤ ਵਿਚਾਰੋ। ਪ੍ਰਤੱਖ ਵਿਦਿਆ ਨਿੰਦਰਾ ਪ੍ਰਵਿਰਤੀ ਰੂਪ ਆਹਾਰ ਥੋੜਾ ਕੀਤਾ। ਤਤ ਮਿਥਿਆ ਦਾ ਵਿਚਾਰ ਕਰਦੇ ਖਾਂ, ਜਦੋਂ ਐਸੇ ਬਚਨ ਸੁਣੇ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਤੇ ਨਿੱਜ ਮਤ ਵਿੱਚ ਲਿਆਵਣੇ ਨੂੰ ਸਿੱਧ ਬੜੇ ਉਤਾਵਲੇ ਹੋਏ। ਸਿੱਧਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਦਰਸਨ ਭੇਖ ਕਰੋ ਜੋਗਿੰਦਰਾ ਮੁੰਦਰਾ ਝੋਲੀ ਖਿੰਥਾ। ਹੇ ਬਾਲੇ, ਇਹ ਜੋ ਸਾਡਾ ਜੋਗੀ ਦਰਸ਼ਨ ਹੈ, ਤੁਸੀਂ ਇਸਦਾ ਭੇਖ ਧਾਰਨ ਕਰ ਲਓ। ਬੜੇ ਨਿਮਾਣੇ ਜੇ ਹੋ ਕੇ ਸਿੱਧ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਜੀ, ਤੁਸੀਂ ਸਾਡੇ ਮਤ ਵਿੱਚ ਆ ਜਾਓ, ਤੁਸੀਂ ਜੋਗੀਆਂ ਦਾ ਗੁਰੂ ਬਣਾਵਾਂਗੇ, ਤੁਹਾਨੂੰ ਅਸੀਂ ਮੁੱਖ, ਸਭ ਜੋਗੀਆਂ ਦੇ ਮੁੱਖ ਪ੍ਰਧਾਨ ਰੱਖਾਂਗੇ। ਮੁੰਦਰਾ ਪਹਿਰੋ, ਝੋਲੀ ਪਕੜੋ, ਖਿੰਥਾ ਗਲੇ ਵਿੱਚ ਪਾਵੋ। ਪਾਤਸ਼ਾਹ ਨੂੰ ਇਹ ਬਚਨ ਕਹੇ ਸਿੱਧਾਂ ਨੇ, ਅਚਲ ਬਟਾਲੇ, ਦਰਸ਼ਨ ਭੇਖ ਕਰੋ ਜੋਗਿੰਦਰਾ ਮੁੰਦਰਾ ਝੋਲੀ ਖਿੰਥਾ। ਬਾਰਹਿ ਅੰਤਰ ਏਕ ਸਰੇਵੋ ਖਟ ਦਰਸ਼ਨ ਇੱਕ ਪੰਥਾ। ਖਟ ਦਰਸ਼ਨ, ਖਟ ਕਹਿੰਦੇ ਨੇ ਛੇ ਦਰਸ਼ਨਾਂ ਵਿੱਚੋਂ ਇੱਕ ਸਾਡਾ ਦਰਸ਼ਨ। ਇਸ ਵਿੱਚ ਬਾਰਾਂ ਪੰਥ ਨੇ ਜੋਗੀਆਂ ਦੇ, ਸਾਡੇ ਬਾਰਾਂ ਪੰਥ ਨੇ ਪਾਤਸ਼ਾਹ ਕਹਿਣ ਲੱਗੇ, ਬਾਰਾਂ ਵਿੱਚੋਂ ਇੱਕ ਆਈ ਪੰਥ ਤੁਸੀਂ ਸੇਵਨ ਕਰ ਲਓ। ਆਈ ਪੰਥ ਪਾਤਸ਼ਾਹ ਨੂੰ ਇਹ ਸਿੱਧਾਂ ਨੇ ਬਚਨ ਕਹੇ ਜੋਗੀਆਂ ਦੇ। ਇਨ ਬੇਦ ਮਨ ਸਮਝਾਈਐ ਪੁਰਖਾ, ਬੋੜ ਝੂਟ ਨਾ ਖਾਈਐ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇਹ ਬਚਨ ਕਹਿਣ ਲੱਗੇ ਸਿੱਧ, ਇਨ ਬਿਦ ਮਨ ਸਮਝਾਈਐ ਪੁਰਖਾ, ਬੋੜ ਝੂਟ ਨਾ ਖਾਈਐ। ਇਸ ਰੀਤੀ ਨਾਲ ਸਾਡੇ ਪੰਥ ਵਿੱਚ ਆ ਕੇ ਭਲੀ ਪ੍ਰਕਾਰ ਮਨ ਨੂੰ ਸਮਝਾਈਏ, ਇਹ ਪੁਰਖਾ, ਤੇ ਜਮਾਂ ਦੀ ਝੋਟਾਂ ਨਾ ਖਾਓ। ਨਹੀਂ ਖਾਈ ਦੀ ਜਮਾਂ ਦੀ ਝੋਟ, ਜਮਾਂ ਦੀ ਬਸ ਨਹੀਂ ਪਈ। ਇਹ ਵਚਨ ਕਹੇ ਨਾਨਕ ਬੋਲੇ ਗੁਰਮੁਖ ਬੂਜੈ ਜੋਗ ਜੁਗਤ ਇਵ ਪਾਈਐ। ਉਹ ਸਿੱਧ ਐਸੇ ਬੋਲੇ, ਪਾਤਸ਼ਾਹ ਕਹਿਣ ਲੱਗੇ ਕਿ ਜਬ ਗੁਰੂ ਦੁਆਰੇ ਸਮਝੇ ਪੁੱਛੇ ਤਬ ਜੋਗ ਦੀ ਜੁਗਤੀ ਇਸ ਪ੍ਰਕਾਰ ਪਾਈ। ਅੰਤਰ ਸ਼ਬਦ ਨਿਰੰਤਰ ਮੁੰਦਰਾ ਹੋ ਮੈਂ ਮਮਤਾ ਦੂਰ ਕਰੀ। ਆਪਣੇ ਬ੍ਰਹਮ ਨੂੰ ਅੰਤਰ ਇੱਕ ਰਸ ਜਾਣਿਆ, ਇਹ ਦਰਸ਼ਨ ਦਾ ਭੇਖ ਧਾਰ ਕੇ ਜੋਗੀਆਂ ਨੇ ਇੰਦਰ ਹੋਏ। ਜੋਗੀਆਂ ਕੇ ਹੰਤਾ ਨੂੰ ਤਿਆਗ ਕੇ ਨਿਵਾਨਤਾ ਧਾਰੀ, ਮਮਤਾ ਨੂੰ ਤਿਆਗ ਕੇ ਸਮਤਾ ਜੁਧਾਰੀ, ਇਹ ਦੋ ਮੁੰਦਰਾਂ ਪੈਦੀਆਂ ਨੇ। ਗੁਰੂ ਨਾਨਕ ਪਾਤਸ਼ਾਹ ਜੋਗੀਆਂ ਨੂੰ ਕਹਿਣ ਲੱਗੇ, ਕਾਮ ਕਰੋਰ ਅਹੰਕਾਰ ਨਿਵਾਰੈ ਗੁਰ ਕੈ ਸ਼ਬਦ ਸੋ ਸਮਝ ਪਰੀ। ਪਾਤਸ਼ਾਹ ਕਹਿਣ ਲੱਗੇ, ਕਾਮ ਕਰੋਰ ਹੰਕਾਰ ਜੋ ਗੁਰੂ ਸ਼ਬਦ ਕਰਕੇ ਨਿਵਾਰੇ ਨੇ, ਨਿਵਿਰਤ ਕੀਤੇ,
ਸੋ ਮੇਰੇ ਮਨ ਵਿੱਚ ਸਿਫਤ ਸਮਝ ਪੈ ਗਈ। ਇਹ ਸਾਡਾ ਆਈ ਪੰਥ ਹੈ ਪਾਤਸ਼ਾਹ ਕਹਿਣ ਲੱਗੇ ਗੁਰੂ ਨਾਨਕ ਦੇਵ ਕਹਿੰਦਾ ਝੋਲੀ ਭਰਪੁਰ ਰਹਿਆ ਨਾਨਕ ਤਾਰੈ ਏਕ ਹਰੀ। ਜੋ ਪਰਮੇਸ਼ੁਰ ਨੂੰ ਹਸਤੀ ਚੀਟੀ ਵਿੱਚ ਭਰਪੂਰ ਰਹਿਆ ਜਾਣਿਆ, ਹਸਤੀ ਤੋਂ ਲੈ ਕੇ ਚੀਟੀ ਪ੍ਰਜੰਤ ਕੇ ਮੇਰਾ ਵਾਹਿਗੁਰੂ ਸਭਨਾ ਵਿੱਚ ਬੈਠਾ ਹੈ, ਸਰਬ ਵਿਆਪਕ ਹੈ ਪਰਿਪੂਰਨ ਪਰਮਾਤਮਾ ਇਹ ਜਾਣਿਆ। ਇਹੀ ਸਾਡੀ ਖਿੰਥਾ ਹੈ ਪਾਤਸ਼ਾਹ ਕਹਿੰਦਾ। ਇੱਕ ਹਰੀ ਹੀ ਤਾਰੇਗਾ, ਇੱਕ ਨਿਰੰਕਾਰ ਹੀ ਤਾਰੇਗਾ, ਇਹ ਜੋ ਨਿਹਚਾ ਇਹ ਝੋਲੀ ਹੈ ਜੋ ਜੋਗੀ ਝੋਲੀ ਪਹਿਲਦੇ। ਸਾਚਾ ਸਾਹਿਬ ਸਾਚੀ ਨਾਈ ਪਰਖ ਗੁਰ ਕੀ ਬਾਤ ਖਰੀ। ਸੱਚਾ ਸਾਹਿਬ ਹੈ ਤੇਰੀ ਵਡਿਆਈ ਵੀ ਸੱਚੀ, ਸੋਭਾ ਵੀ ਸੱਚੀ, ਗੁਰੂ ਦੀ ਉਪਦੇਸ਼ ਰੂਪ ਜੋ ਖਰੀ ਬਾਤ, ਇਸ ਕਰਕੇ ਜਾਣਿਆ ਪਰਖ ਦੇਖਾ ਜਾਣ ਆਪਣੇ ਅਨੁਭਵ ਕਰਕੇ ਬਿਨਾਂ ਪੁੱਛੇ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਜੀ ਬਚਨ। ਉਹ ਦੋ ਖਪਰ ਪੰਚ ਭੂਟੋ ਪੀ ਕਾਇਆ ਕੜਾਸਣ ਮਨ ਜਾ ਗੋਟੀ। ਉਲਟੇ ਹਿਰਦੇ ਨੂੰ ਜੋ ਸਿੱਧਾ ਕੀਤਾ, ਜੋ ਪਰਮੇਸ਼ੁਰ ਦੇ ਸਨਮੁਖ ਕੀਤਾ, ਇਸ ਉਲਟੇ ਹਿਰਦੇ ਨੂੰ ਮਨ ਨੂੰ ਇਹ ਹੱਥ ਵਿੱਚ ਖੱਪਰ ਪਕੜਿਆ। ਪੰਚ ਤੱਤਾਂ ਦੇ ਜੋ ਗੁਣ ਧਾਰਨ ਕੀਤੇ ਨੇ ਇਹ ਟੋਪੀ ਪਹਿਰੀ, ਕਾਇਆ ਨੂੰ ਜੋ ਜਪ ਤਪ ਕਰਕੇ ਕਸਣਾ ਕੀਤਾ ਇਹ ਕੜਾਸਣ, ਜੋ ਛਾਤੀ ਪਰ ਮੋਟੀ ਕਾਲੀ ਸੇਲੀ ਵੱਢੀ ਹੁੰਦੀ ਹੈ ਜੋਗੀਆਂ ਦੇ ਸਿੱਧਾਂ ਦੇ, ਮੋਟੀ ਕਾਲੀ ਸੇਲੀ ਛਾਤੀ ਤੇ ਵੱਢੀ ਹੁੰਦੀ ਹੈ ਵੜੀ ਹੁੰਦੀ ਦਾ ਨਾਮ ਕੜਾਸਣ ਹੈ। ਮਨ ਜੋ ਮਨ ਨੂੰ ਜੋ ਪਰਮੇਸ਼ੁਰ ਵੱਲ ਜੋੜਿਆ ਇਹ ਗਲ ਦੀ ਸੇਲੀ ਹੈ ਜਾਂ ਗੋਟੀ। ਸਤ ਸੰਤੋਖ ਸੰਜਮ ਹੈ ਨਾਲ ਨਾਨਕ ਗੁਰਮੁਖ ਨਾਮ ਸੰਭਾਲ। ਸਤ ਸੰਤੋਖ ਸੰਜਮ ਇਹ ਸਾਧ ਚੇਲੇ ਨੇ ਜੋ ਗੁਰੂ ਦੁਆਰੇ ਨਾਮ ਨੂੰ ਜਪਦੇ ਸਿਮਰਦੇ ਇਹ ਭਿਖਿਆ ਮੰਗਦੇ ਜੋ ਨਾਮ ਜਪਦੇ। ਸਤ ਸੰਤੋਖ ਸੰਜਮ ਹੈ ਨਾਲ, ਸਤ ਸੰਤੋਖ ਸੰਜਮ ਇਹ ਚੇਲੇ ਨੇ ਸਾਡੇ ਪਾਤਸ਼ਾਹ ਕਹਿਣ ਲੱਗੇ। ਨਾਨਕ ਗੁਰਮੁਖ ਨਾਮ ਸੰਭਾਲ ਜੋ ਗੁਰੂ ਦੀ ਸੰਗਤ ਗੁਰ ਉਪਦੇਸ਼ੀ ਬਣ ਕੇ ਨਾਮ ਜਪਦੇ ਇਹ ਭਿਖਿਆ ਮੰਗਦੇ। ਕਵਨ ਸੋ ਗੁਪਤਾ ਕਵਨ ਸੋ ਮੁਕਤਾ ਕਵਨ ਸੋ ਅੰਦਰ ਬਾਹਰ ਜੁਗਤਾ। ਪਰਮੇਸ਼ਰ ਗੁਪਤ ਕਿਸ ਨੂੰ ਹੈ, ਸਿੱਧਾਂ ਨੇ ਸਵਾਲ ਕੀਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਪਰਮੇਸ਼ਰ ਗੁਪਤ ਕਿਸ ਨੂੰ ਹੈ, ਬੰਧਾਂ ਤੋਂ ਛੁੱਟਿਆ ਕੌਣ ਹੈ, ਅੰਦਰ ਸਰੀਰ ਵਿੱਚ ਕੌਣ ਜੁੜ ਰਿਹਾ। ਕਵਨ ਸੋ ਆਵੈ ਕਵਨ ਸੋ ਜਾਏ ਕਵਨ ਸੋ ਤੈ ਭਵਨ ਰਹਿਆ ਸਮਾਏ। ਆਉਂਦਾ ਜਾਂਦਾ ਕੌਣ ਹੈ, ਤਿੰਨਾਂ ਭਵਨਾਂ ਵਿੱਚ ਕੌਣ ਸਮਾਇਆ ਹੈ। ਘਟ ਘਟ ਗੁਪਤਾ ਗੁਰਮੁਖ ਮੁਕਤਾ ਅੰਤਰ ਬਾਹਰ ਸ਼ਬਦ ਸੋ ਜੁਗਤਾ। ਪਰਮੇਸ਼ੁਰ ਤਾਂ ਘਟਾਂ ਘਟਾਂ ਵਿੱਚ ਹੈ ਪ੍ਰੰਤੂ ਮਨਮੁੱਖਾਂ ਨੂੰ ਗੁਪਤ ਹੈ। ਪਾਤਸ਼ਾਹ ਕਹਿਣ ਲੱਗੇ ਪਰਮੇਸ਼ੁਰ ਤਾਂ ਘਟਾਂ ਘਟਾਂ ਵਿੱਚ ਬੈਠਾ ਪਰ ਮਨਮੁੱਖਾਂ ਨੂੰ ਗੁਪਤ, ਉਹਨਾਂ ਨੂੰ ਦਰਸ਼ਨ ਨਹੀਂ ਹੁੰਦੇ। ਗੁਰਮੁਖ ਘਟ ਘਟ ਵਿੱਚ ਪੂਤ ਜਾਣ ਕੇ ਬੰਧਨਾਂ ਤੋਂ ਛੁੱਟੇ ਨੇ, ਅੰਤਰ ਬਾਹਰ ਬ੍ਰਹਮ ਜੁੜਦੇ ਆ। ਮਨ ਮੁਖ ਵਿਨ ਸਹਿ ਆਵੈ ਜਾਏ ਨਾਨਕ ਗੁਰਮੁਖ ਸਾਚ ਸਮਾਏ। ਮਨਮੁਖ ਵੱਧ ਕੇ ਜਾਂਦਾ ਹੈ, ਜਨਮ ਜਨਮ ਲੈ ਕੇ ਆਉਂਦਾ।
ਤਿੰਨਾਂ ਭਵਨਾਂ ਵਿੱਚ ਸੱਚਾ ਅਕਾਲ ਪੁਰਖ ਸਮਾਇਆ ਹੈ, ਤਿੰਨਾਂ ਭਵਨਾਂ ਪ੍ਰੰਤੂ ਗੁਰਮੁਖਾਂ ਨੇ ਜਾਣਿਆ। ਕਿਉਂ ਕਰ ਬਾਤਾ ਸਰਪਨ ਖਾਤਾ, ਕਿਉਂ ਕਰ ਕੋਇਆ ਕਿਉਂ ਕਰ ਲਾਤਾ। ਸਿੱਧ ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਕਿਉਂ ਕਰ ਵਾਧਾ ਸਰਪਨ ਖਾਧਾ, ਕਿਉਂ ਕਰ ਖੋਇਆ ਕਿਉਂ ਕਰ ਲਾਧਾ, ਕਿਉਂ ਕਰ ਇਹ ਜੀਵ ਬੰਧਿਆ ਗਿਆ, ਕਿਉਂ ਕਰਕੇ ਮਾਇਆ ਸਪੜੀ ਨਹੀਂ ਕਰਦਾ, ਕਿਉਂ ਕਰ ਜਨਮ ਖੋਇਆ, ਕਿਉਂ ਕਰਕੇ ਮਾਇਆ ਕਿਉਂ ਕਰਕੇ ਪਾਇਆ ਸਫਲ ਕੀਤਾ, ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ, ਇਹੋ ਤੱਤ ਵਿਚਾਰ ਹੈ ਸੋ ਗੁਰੂ ਹਮਾਰਾ। ਪਾਤਸ਼ਾਹ ਫਰਮਾਉਂਦੇ ਨੇ ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ, ਇਹੋ ਤੱਤ ਵਿਚਾਰ ਹੈ ਸੋ ਗੁਰੂ ਹਮਾਰਾ। ਨਿਰਮਲ ਕਿਉਂ ਕਰ ਹੁੰਦਾ, ਕਿਵੇਂ ਨਿਰਮਲ ਹੁੰਦਾ, ਅੰਧਿਆਰਾ ਕਿਵੇਂ ਦੂਰ ਹੋਵੇਗਾ, ਅੰਧਕਾਰ ਕਰ ਦੇਗਾ। ਇਹਨਾਂ ਪ੍ਰਸ਼ਨਾਂ ਦੇ ਸਿਧਾਂਤ ਜੋ ਵਿਚਾਰੇ ਸਾਡਾ ਗੁਰੂ ਹੈ, ਸਿੱਧ ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ, ਅਸੀਂ ਉਸਨੂੰ ਗੁਰੂ ਮੰਨਦੇ ਹਾਂ, ਸਾਨੂੰ ਉਤਰ ਦੇਵੇ। ਪਾਤਸ਼ਾਹ ਫਰਮਾਉਂਦੇ ਨੇ ਦੁਰਮਤ ਵਾਦਾ ਸਰਪਨ ਖਾਦਾ, ਮਨ ਮੁਖ ਖੋਇਆ ਗੁਰਮੁਖ ਲਾਦਾ। ਖੋਟੀ ਮਤ ਕਰਕੇ ਜੀਵ ਮਨੁੱਖ ਬੰਧਿਆ ਜਾਂਦਾ, ਕਿਉਂਕਿ ਖੋਟੀ ਮਤ ਕਰਕੇ ਦੂਜੇ ਭਾਵ ਦੇ ਖੋਟੇ ਕਰਮ ਕਮਾਉਂਦਾ, ਗੁਰੂ ਤੋਂ ਬੇਮੁਖ ਹੋ ਜਾਂਦਾ, ਤੇ ਜਨਮਾਂ ਦੀ ਤਰੀਕ ਪੈ ਜਾਂਦੀ, ਤੇ ਜਮਾਂ ਦੇ ਬਸ ਪੈਂਦਾ ਸੰਗਲਾਂ ਨਾਲ ਬੰਦਿਆ। ਖੋਟੀ ਮਤ ਕਰਕੇ ਮਾਇਆ ਸੁਪਣੀ ਨੇ ਖਾਧਾ, ਕਿਉਂਕਿ ਖੋਟੀ ਮਤ ਹੈ ਮਾਇਆ ਸਪਣੀ ਦੀ ਡਸ ਲਈ ਆ। ਮਾਇਆ ਧਾਰੀ ਅਤ ਅੰਨਾ ਬੋਲਾ, ਅਤ ਅੰਨਾ ਤੇ ਬੋਲਾ ਹੋ ਗਿਆ। ਮਨ ਮੁਕਤਾ ਕਰਕੇ ਜਨਮ ਅਮੋਲਕ ਖੋ ਲਿਆ, ਕੋਈ ਲਾਹਾ ਨਹੀਂ ਖਟਿਆ। ਪਾਤਸ਼ਾਹ ਫਰਮਾਉਂਦੇ ਨੇ ਮਨਮੁਖ ਖੋਇਆ ਗੁਰਮੁਖ ਲਾਤਾ। ਗੁਰਮੁਖ ਜੋ ਗੁਰੂ ਨੂੰ ਮੁਖ ਰੱਖੇ, ਗੁਰਮਤੀਆ ਗੁਰ ਸ਼ਬਦ, ਗੁਰਮਤ ਕਰਕੇ ਜਨਮ ਲੱਤਾ ਭਾਵ ਸਫਲ ਕੀਤਾ ਮੋਲਕ ਜਨਮ ਨੂੰ ਗੁਰਮੁਖ ਬਣ ਕੇ। ਸਤ ਗੁਰ ਮਿਲੈ ਅੰਧੀਰਾ ਜਾਏ, ਨਾਨਕ ਹੋ ਮੈਂ ਮੇਟ ਸਮਾਏ। ਜੋ ਸਤਿਗੁਰੂ ਨੂੰ ਮਿਲੇ ਗੁਰ ਸ਼ਬਦੀ ਗੁਰਮਤੀਆ ਬਣ ਜਾਵੇ, ਤੋ ਅਗਿਆਨ ਅੰਧਕਾਰ ਦਾ ਹਨੇਰਾ ਚਲਾ ਜਾਂਦਾ, ਕਿਉਂਕਿ ਗੁਰੂ ਤੋਂ ਬਿਨਾਂ ਹਨੇਰਾ ਨਹੀਂ ਦੂਰ ਹੁੰਦਾ। ਗੁਰੂ ਨੇ ਗਿਆਨ ਬਖਸ਼ਣਾ ਤੇ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬੰਨਾ। ਗੁਰੂ ਨੇ ਬਖਸ਼ਿਆ ਗਿਆਨ, ਅੰਧੇਰਾ ਚਲਾ ਗਿਆ। ਅਗਿਆਨ ਦਾ ਨਾਸ਼, ਗਿਆਨ ਦਾ ਪ੍ਰਕਾਸ਼, ਕਿਉਂਕਿ ਗੁਰੂ ਤੋਂ ਬਿਨਾਂ ਗੱਤ ਨਹੀਂ। ਜੇ ਸੌ ਚੰਦਾ ਉਗ ਵਹਿ ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦੇ ਆ ਗੁਰ ਬਿਨ ਘੋਰੇ ਨਾਲ। ਗੁਰੂ ਤੋਂ ਬਿਨਾਂ ਦੇਦਾ ਕਹਿ ਸੌ ਚੰਦ ਹਜ਼ਾਰ ਸੂਰਜ ਸਾਸੋ ਜੀਵਾਨ ਵੀ ਐਸਾ ਪ੍ਰਕਾਸ਼, ਪਰ ਫਿਰ ਵੀ ਅੰਧੇਰਾ ਹੈ, ਗਿਆਨ ਨਹੀਂ, ਗੁਰੂ ਤੋਂ ਬਿਨਾਂ ਗੱਤ ਹੀ ਨਹੀਂ। ਪਾਤਸ਼ਾਹ ਫਰਮਾਉਂਦੇ ਨੇ ਹੋਮੇ ਨੂੰ ਮੇੜ ਕੇ ਪਰਮੇਸ਼ੁਰ ਵਿੱਚ ਸਮਾਏ, ਕਿਉਂ ਮਨ ਨਿਰਮਲ ਹੋ ਜਾਂਦਾ ਹੈ। ਹੋਮੇ ਨੂੰ ਮਿਟਾਵੇ ਪਰਮੇਸ਼ੁਰ ਵਿੱਚ ਸਮਾਵੇ ਮਨ ਨਿਰਮਲ, ਕਿਉਂਕਿ ਸੰਧਾਨ ਨਿਰਮਲਤਾ ਹੈ। ਪਾਤਸ਼ਾਹ ਅਬ ਸਿਧਾਂਤ ਦੀ ਪੌੜੀ ਫਰਮਾਉਂਦੇ ਨੇ
ਸੋਨੇ ਦੇ ਰੰਗ ਰੱਦੀ ਜੈ ਬੰਦ ਉੱਡੈ ਨਾ ਹੰਸ ਪੜੈ ਨਾ ਕੰਧ। ਪਰਮੇਸ਼ੁਰ ਵੀ ਨਿਰੰਤਰ ਇਸ ਮਨ ਨੂੰ ਬੰਦ ਰੱਖੀਏ, ਖੁੱਲਾ ਨਾ ਛੱਡੀਏ, ਮਨ ਜੋੜੀ ਰੱਖੀਏ, ਕਰਕੇ ਜੀਵ ਉੱਡਦਾ ਨਹੀਂ, ਸਰੀਰ ਵਿੱਚ ਵੀ ਨਹੀਂ ਪੈਂਦਾ, ਜਨਮ ਮਰਨ ਤੋਂ ਰਹਿਤ ਹੋ ਜਾਂਦਾ। ਪਾਤਸ਼ਾਹ ਫਰਮਾਉਂਦੇ ਨੇ ਸਹਿਜੋ ਗੁਫਾ ਘਰ ਜਾਣੈ ਸਾਚਾ, ਨਾਨਕ ਸਾਚੇ ਭਾਵੈ ਸਾਚਾ। ਸੱਤ ਸੂਬ ਹਿਰਦੇ ਵਿੱਚ ਘਰ ਪਰਮੇਸ਼ੁਰ ਤਿਸ ਨੂੰ ਜਾਣੇ, ਸੋ ਸੱਚਾ ਪੁਰਸ਼ ਸੱਚੇ ਪਰਮੇਸ਼ੁਰ ਨੂੰ ਪਾਉਂਦਾ ਹੈ। ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹੋ ਭੇਖ ਨਵਾਸੀ। ਕਿਸ ਵਾਸਤੇ ਗ੍ਰਹਿ ਤਿਆਗ ਕੇ ਉਦਾਸੀਨ ਭਏ ਹੋ, ਸਿੱਧ ਪੁੱਛਣ ਲੱਗੇ। ਕਿਸ ਨਵੇਂ ਕਿਸ ਭੇਖ ਦੇ ਨਿਵਾਸੀ ਬਣੇ ਹੋ ਤੁਸੀਂ? ਪਾਤਸ਼ਾਹ ਨੂੰ ਸਿੱਧਾਂ ਨੇ ਪੁੱਛਿਆ ਸਵਾਲ ਕੀਤਾ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹੋ ਭੇਖ ਨਿਵਾਸੀ। ਕਿਸ ਵਖਰ ਕੇ ਤੁਮ ਬਣ ਜਾ ਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਕਿਸ ਸੌਦੇ ਦੇ ਤੁਸੀਂ ਬਣ ਜਾ ਰਹੇ, ਕੀ ਚਾਹੁੰਦੇ? ਕਿਸ ਪ੍ਰਕਾਰ ਆਪਣੇ ਸਿੱਖ ਸਾਥੀਆਂ ਨੂੰ ਸੰਸਾਰ ਸਮੁੰਦਰ ਤੇ ਪਾਰ ਉਤਾਰੋਗੇ, ਦੱਸੋ ਸਾਨੂੰ। ਇਹ ਪੁੱਛਿਆ ਸਵਾਲ ਕੀਤਾ ਸਿੱਧਾ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਗੁਰਮਖ ਖੋਜਤ ਭਏ ਉਦਾਸੀ, ਦਰਸਨ ਕਹਿ ਤਾਈ ਭੇਖ ਨਵਾਸੀ। ਗੁਰਮੁਖਾਂ ਨੂੰ ਖੋਜਦੇ, ਪੂਜ ਨੂੰ ਮੁੱਖ ਪਰਮੇਸ਼ੁਰ ਨੂੰ ਖੋਜਦੇ ਉਦਾਸੀ ਹੋਏ ਕਿ ਮਿਲਣਾ। ਸੰਤਾਂ ਦੇ ਦਰਸ਼ਨ ਵਾਸਤੇ ਭੇਖ ਦੇ ਨਿਵਾਸੀ ਇਹ ਭੇਖ ਧਾਰੇ ਆ ਕਿ ਤੁਹਾਡੇ ਵਰਗੇ ਸੰਤਾਂ ਦੇ ਦਰਸ਼ਨ ਕਰਨਾ, ਸੰਤਾਂ ਨਾਲ ਵਿਚਾਰਾਂ ਕਰਨੀਆਂ। ਮਿਲਣਾ ਹੈ ਦਰਸ਼ਨ, ਦਰਸ਼ਨ ਕਹਿ ਤਾਂ ਹੀ ਭੇਖ ਨਿਵਾਸੀ, ਤਾਂ ਹੀ ਇਹ ਭੇਖ ਧਾਰੇ। ਸਾਚ ਵਖਰ ਕੇ ਖਮ ਬਣ ਜਾ ਰੇ, ਨਾਨਕ ਗੁਰਮੁਖ ਉਤਰ ਸੋ ਪਾਰੇ। ਅਸੀਂ ਸੱਚੇ ਨਾਮ ਸੌਦੇ ਦੇ ਬਣ ਜਾ ਰਹੇ ਹਾਂ, ਸੱਚ ਨਾਮ ਸਾਚ ਵਖਰ ਕੇ ਖਮ ਬਣ ਜਾ ਰਹੇ, ਧੰਨਵੰਤ ਨਾਮ ਕੇ ਬਣ ਜਾ ਰਹੇ, ਕਿਉਂਕਿ ਨਾਮ ਦੇ ਸੌਦੇ ਦੇ ਬਣ ਜਾ ਰਹੇ। ਨਾਨਕ ਗੁਰਮੁਖ ਉਤਰ ਸਪਾਰੇ, ਗੁਰੂ ਦੁਆਰੇ ਸਭ ਸਾਧ ਨੂੰ ਪਾਰ ਉਤਾਰਾਂਗੇ। ਪਾਤਸ਼ਾਹ ਨੇ ਬਚਨ ਕਹਿ ਦਿੱਤੇ, ਸਾਚ ਵਖਰ ਕੇ ਖਮ ਬਣ ਜਾ ਰਹੇ, ਨਾਨਕ ਗੁਰਮੁਖ ਉਤਰ ਸਪਾਰੇ। ਕਿਤ ਵੈਦ ਪੁਰਖਾ ਜਨਮ ਵਡਾਇਆ, ਕਾਹੇ ਕੋ ਤੁਝ ਇਹੋ ਮਨ ਲਾਇਆ। ਸਿੱਧ ਕਹਿਣ ਲੱਗੇ, ਹੇ ਪੁਰਖਾ, ਤੁਸਾਂ ਨੇ ਕਿਸ ਵਿਧੀ ਕਰਕੇ ਜਨਮ ਬਟਲਾ ਲਿਆ, ਕਿਸ ਵਸਤੂ ਵਿੱਚ ਤੁਸਾਂ ਨੇ ਇਸ ਮਨ ਨੂੰ ਲਾਇਆ ਹੋਇਆ? ਇਹ ਸਵਾਲ ਕੀਤਾ ਪੁੱਛਿਆ। ਕਿਤ ਵਿਧ ਪੁਰਖਾ ਜਨਮ ਵਟਾਇਆ, ਕਾਹੇ ਕੋ ਤੁਝ ਇਹੋ ਮਨ ਲਾਇਆ। ਇਹ ਪੁਰਖਾ, ਤੁਸਾਂ ਨੇ ਕਿਸ ਵਿਧੀ ਕਰਕੇ ਜਨਮ ਬਦਲਾ ਲਿਆ, ਕਿਸ ਵਸਤੂ ਵਿੱਚ ਤੁਸਾਂ ਨੇ ਇਸ ਮਨ ਨੂੰ ਲਾਇਆ? ਕਿਤ ਵੇਦ ਆਸਾ ਮਨ ਸਾ ਖਾਈ, ਕਿਤ ਵੇਦ ਜੋਤ ਨਿਰੰਤਰ ਪਾਈ। ਕਿਸ ਵਿਧੀ ਕਰਕੇ ਤੁਸਾਂ ਨੇ ਆਸਾ ਮਨ ਸਾ ਖਾਈ, ਇੱਕ ਰਸ ਜੋਤ ਕਿਸ ਪ੍ਰਕਾਰ ਪਾਈ? ਬਿਨ ਦੰਤਾ ਕਿਉਂ ਖਾਈਐ ਸਾਰ, ਨਾਨਕ ਸਾਚਾ ਕਰੋ ਵਿਚਾਰ।
ਬਿਨਾਂ ਦੰਦਾਂ ਦੇ ਕਿਸ ਪ੍ਰਕਾਰ ਲੋਹੇ ਨੂੰ ਖਾਈਏ। ਸਿੱਧ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਿ ਨਾਨਕ ਜੀ, ਇਹਨਾਂ ਸਵਾਲਾਂ ਦੇ ਸਾਨੂੰ ਉੱਤਰ ਦੇਵੋ, ਵਿਚਾਰ ਕੇ ਉੱਤਰ ਦੇਵੋ। ਬਿਨ ਦੰਤਾ ਕਿਉਂ ਖਾਈਐ ਸਾਰ, ਦੰਦਾਂ ਤੋਂ ਬਿਨਾਂ ਲੋਹੇ ਨੂੰ ਕਿਵੇਂ ਖਾਵੇ। ਨਾਨਕ ਸੱਚਾ ਕਰੋ ਵਿਚਾਰ, ਸੱਚਾ ਵਿਚਾਰ ਦੇਵੋ, ਵਿਚਾਰ ਕੇ ਸਾਰਾ। ਪਾਤਸ਼ਾਹ ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਜੀ, ਸਤ ਗੁਰ ਕੈ ਜਨਮੇ ਗਵਨ ਵਟਾਇਆ, ਅਨਹਤ ਰਾਤੇ ਇਹੋ ਮਤ ਲਾਇਆ। ਜਬ ਸਤਿਗੁਰੂ ਦੇ ਦੁਆਰੇ ਉਪਦੇਸ਼ ਲਿਆ ਸਮਰੱਥ ਗੁਰੂ ਤੋਂ, ਤਬ ਜਨਮ 84 ਦਾ ਭਰਮਣਾ ਮਿਟਾ ਦਿੱਤਾ। ਹੁਣ ਆਵਾਗਮਨ ਵਿੱਚ ਨਹੀਂ ਪਾਉਂਦਾ। ਜਬ ਸਤਿਗੁਰੂ ਦੇ ਸਿੱਖ ਬਣ ਗਏ ਤਬ ਜਨਮ ਬਦਲ ਗਿਆ ਸਾਡਾ, ਜਨਮ ਬਦਲ ਗਿਆ। ਗੁਰੂ ਦੇ ਸਿੱਖ ਬਣ ਕਿਤ ਵਿਦ ਪੁਰਖਾ ਜਨਮ ਬਟਾਇਆ, ਬਦਲ ਗਿਆ ਕਾਹੇ ਕੋ ਤੁਧ ਇਹੋ ਬਦਲ ਆਇਆ। ਜਿਨ ਮਾਨਸ ਤੇ ਦੇਵ ਤੇ ਕੀ ਕਰਤ ਨਾ ਲਾਗੀ, ਬਲਿਹਾਰੀ ਗੁਰੇ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀ ਕਰਤ ਨਾ ਲਾਗੀ। 84 ਦਾ ਭਰਮਣ, ਪ੍ਰੇਮੀ ਹੋ ਕੇ ਆਪਣੇ ਮਨ ਨੂੰ ਪਰਮੇਸ਼ਰ ਵਿੱਚ ਲਾਇਆ ਹੈ। ਪਾਤਸ਼ਾਹ ਕਹਿੰਦੇ ਕਾਹੇ ਕੋ ਤੁਝ ਇਹੋ ਮਨ ਲਾਇਆ, ਸਿੱਧਾ ਨੇ ਕਿਹਾ ਮਨ ਸਾਇਆ ਸਾ ਸ਼ਬਦ ਜਲਾਈ, ਗੁਰਮੁਖ ਜੋਤ ਨਿਰੰਤਰ ਪਾਈ। ਬੁੱਧੀ ਵਿੱਚ ਉਹ ਆਸਾ ਸੀ ਸੋ ਗੁਰੂ ਸ਼ਬਦ ਕਰਕੇ ਜਲਾਈ, ਇਸ ਪ੍ਰਕਾਰ ਆਸਾ ਮਨਸਾ ਖਾਈ ਔਰ ਗੁਰੂ ਦੁਆਰੇ ਨਿਰੰਤਰ ਜੋਤ ਪਾਈ। ਤ੍ਰੈ ਗੁਣ ਮੇਟੇ ਖਾਈਐ ਸਾਰ, ਨਾਨਕ ਤਾਰੇ ਤਾਰਣ ਹਾਰ। ਜੋ ਤਿੰਨਾਂ ਗੁਣਾਂ ਨੂੰ ਵੇਟਣਾ, ਇਹੀ ਇਸ ਲੋਹੀ ਕੜੇ ਨੂੰ ਖਾਈਦਾ। ਕਹੇ ਤਿੰਨ ਗੁਣ ਕਿਹੜੇ ਨੇ? ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਇਹਨਾਂ ਗੁਣਾਂ ਨੂੰ ਵੇਟਣਾ, ਇਹੀ ਇਸ ਲੋਹੇ ਕੜੇ ਨੂੰ ਖਾਈਦਾ। ਤਾਰਨ ਖਾਲ, ਪਰਮੇਸ਼ੁਰ ਤਾਰ ਲੈਂਦਾ। ਪਾਤਸ਼ਾਹ ਫਰਮਾਉਂਦੇ ਨੇ ਤ੍ਰੈ ਗੁਣ ਮੇਟੇ ਖਾਈਐ ਸਾਰ, ਨਾਨਕ ਤਾਰੇ ਤਾਰਨ ਹਾਰ। ਆਦ ਕੋ ਕਵਨ ਵਿਚਾਰ ਕਥੀਅਲ, ਸੁਨ ਕਹ ਘਰ ਵਾਸੋ। ਸਿੱਧ ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਜੀ, ਆਦ ਰੂਪ ਪਰਮੇਸ਼ੁਰ ਦਾ ਵਿਚਾਰ ਕਥਨ ਕਰੀਦਾ। ਅਫੋ ਰੂਪ ਦਾ ਕਿਸ ਘਰ ਵਿੱਚ ਨਿਵਾਸ ਹੈ ਦੱਸੋ ਸਾਨੂੰ। ਆਦ ਕੋ ਕਵਨ ਵਿਚਾਰ ਕਥੀ ਅਲੇ, ਸੁਨ ਕਹਾ ਘਰ ਵਾਸ। ਗਿਆਨ ਕੀ ਮੁੰਦਰਾ ਕਵਨ ਕਥੀ ਅਲੇ, ਘਟ ਘਟ ਕਵਨ ਵਾਸੋ। ਗਿਆਨ ਦੀ ਮੁੰਦਰਾ ਨਿਸ਼ਾਨੀ ਕਿਹੜੀ ਕਹੀ ਜਾਂਦੀ ਹੈ ਦੱਸੋ, ਗਿਆਨ ਦੀ ਨਿਸ਼ਾਨੀ। ਘਟ ਘਟ ਵਿੱਚ ਕਿਸ ਦਾ ਨਿਵਾਸ ਹੈ, ਕੌਣ ਬੈਠਾ ਹੈ? ਕਾਲ ਕਾਠੀ ਗਾ ਕਿਉਂ ਜਲਾਈ ਅਲੇ, ਕਿਉਂ ਨਿਰ ਭਉ ਘਰ ਜਾਈਐ। ਕਾਲ ਕਾ ਸੋਟਾ ਕਿਉਂ ਘਰ ਜਲਾਇਆ ਜਾਵੇ? ਕਿਉਂਕਿ ਕਾਲ ਦਾ ਸੋਟਾ ਬੜਾ ਬੜਾ, ਕਿਵੇਂ ਜਲਾਇਆ ਜਾਵੇ? ਠੀਂਗਾ ਸੋਟੇ ਨੂੰ ਜਿਵੇਂ ਭਗਤ ਕਬੀਰ ਜੀ ਦੇ ਵੀ ਵਜਨ ਨੇ, ਕਬੀਰ ਜਮ ਕਾ ਠੀਂਗਾ ਬੁਦਾ ਹੈ, ਉਹ ਨਹੀਂ ਸਹਿਆ ਜਾਵੇ।
ਕਾਲ ਕਾਠੀ ਜਾ ਕਿਉਂ ਜਲਾਈ ਅਲੇ, ਕਿਵੇਂ ਜਲਾਇਆ ਜਾਵੇ? ਕਾਲ ਦਾ ਸੋਟਾ, ਕਾਲ ਦੀ ਮਾਰ, ਨਿਰਭਉ ਘਰ ਵਿੱਚ ਕਿਵੇਂ ਜਾਈਏ? ਕਿਉਂ ਨਿਰਭਉ ਘਰ ਜਾਈਏ? ਸਹਿਜ ਸੰਤੋਖ ਕਾ ਆਸਣ ਜਾਣੈ ਕਿਉਂ ਛੇਤੇ ਬਹਿਰਾਈਐ। ਸਹਿਜ ਸੰਤੋਖ ਗੁਣਾਂ ਦਾ ਠਹਿਰਨਾ ਕਿਸ ਪ੍ਰਕਾਰ ਜਾਣੀਏ? ਸੱਤਵਾਂ, ਔਰ ਵੈਰੀਆਂ ਨੂੰ ਕਿਸ ਪ੍ਰਕਾਰ ਕੱਟੀਏ? ਦੋ ਤੁੱਕਾਂ ਦੇ ਸਿਧਾਂਤ ਕਹਿੰਦੇ ਨੇ ਪਾਤਸ਼ਾਹ, ਗੁਰ ਕੈ ਸ਼ਬਦ ਹੋ ਮੈਂ ਭਿਖ ਮਾਰਾ ਤਾਂ ਨਿਜ ਕਰ ਹੋਵੈ ਵਾਸੋ। ਗੁਰੂ ਦੇ ਉਪਦੇਸ਼ ਵਿੱਚ ਖੋਮੇ ਤੇ ਵਿਸ਼ਿਆਂ ਨੂੰ ਜਬ ਮਨੁੱਖ ਮਾਰ ਲਵੇ, ਕਿਉਂਕਿ ਗੁਰ ਸ਼ਬਦ ਹੀ ਗੁਰਮਤੀ ਆ ਬਣਿਆ, ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾਇਆ, ਖੋਮੇ ਤੇ ਵਿਸ਼ਿਆਂ ਨੂੰ ਮਾਰਿਆ, ਤਬ ਇਸ ਜੀਵ ਦਾ ਸਵੈ ਸੂ ਵਿੱਚ ਵਾਸਾ ਹੋ ਜਾਂਦਾ। ਜਿਨ ਰਚ ਰਚਿਆ ਤਿਸ ਸ਼ਬਦ ਪਛਾਣੈ ਨਾਨਕ ਤਾਂ ਕਾ ਦਾਸ। ਜਿਸਨੇ ਇਸ ਸੰਸਾਰ ਨੂੰ, ਸੰਸਾਰ ਦੇ ਬਣਾਓ ਨੂੰ ਬਣਾਇਆ ਪਰਮੇਸ਼ਰ ਨੇ, ਜੋ ਤਿਸ ਬ੍ਰਹਮ ਨੂੰ ਪਹਿਚਾਣਦਾ। ਪਾਤਸ਼ਾਹ ਕਹਿਣ ਲੱਗੇ, ਮੈਂ ਤਿਸ ਦਾ ਦਾਸ ਹਾਂ। ਇਹਨਾਂ ਦੇ ਉੱਤਰ 23ਵੀਂ ਪੌੜੀ ਵਿੱਚ ਫਰਮਾਉਂਦੇ ਨੇ ਪਾਤਸ਼ਾਹ, ਇਹ ਪ੍ਰਸ਼ਨ ਤੋਂ ਵਿੱਚ ਹੀ ਹਜੇ ਪਾਤਸ਼ਾਹ ਕਹਿਣ ਲੱਗੇ ਸੀ ਬੱਚਨ, ਇਹ ਕਾਲਾ ਕਾਲਾ ਸਿੱਧ ਆਇਆ, ਬੜਾ ਕਾਲਾ, ਕਿਉਂਕਿ ਕਾਫੀ ਸਿੱਧ ਸੀ ਉੱਥੇ, ਅਚਲ ਬਟਾਲਾ ਦੌੜਿਆ, ਸਤਿਗੁਰੂ ਪਾਤਸ਼ਾਹ ਆ ਗਏ। ਕਹਿਣ ਲੱਗਾ, ਪਹਿਲੇ ਤੁਸੀਂ ਮੇਰੇ ਪ੍ਰਸ਼ਨ ਦਾ ਉੱਤਰ ਦਵੋ, ਇਹ ਸੁਣੋ ਮੇਰਾ ਪ੍ਰਸ਼ਨ ਸਵਾਲ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿਣ ਲੱਗਾ, ਇਹਨਾਂ ਦੀ ਉੱਤਰ ਇਸ ਤੇ ਪਿੱਛੇ ਦੇਣੇ। ਗੁਰੂ ਜੀ ਨੇ ਕਿਹਾ, ਤੁਸੀਂ ਵੀ ਦੱਸੋ ਤੁਹਾਡਾ ਕੀ ਹੈ ਸਵਾਲ? ਪਾਤਸ਼ਾਹ ਨੇ ਬਚਨ ਕਹੇ, ਤੁਸੀਂ ਵੀ ਦੱਸੋ ਤੁਹਾਡਾ ਸਵਾਲ ਕੀ? ਕਹਾਂ ਤੇ ਆਵੈ ਕਹਾਂ ਇਹੋ ਜਾਵੈ ਕਹਾਂ ਇਹੋ ਰਹਿ ਸਮਾਈ। ਉਹ ਸਿੱਧ ਕਹਿਣ ਲੱਗਾ, ਇਹ ਜੀਵ ਆਇਆ ਕਿੱਥੋਂ, ਇਹ ਜਾਵੇਗਾ ਕਿੱਥੇ, ਕਿੱਥੇ ਜਾਂਦਾ, ਕਿੱਥੇ ਸਮਾ ਰਹਿੰਦਾ? ਕਹਾਂ ਤੇ ਆਵੈ ਕਹਾਂ ਇਹੋ ਜਾਵੈ ਕਹਾਂ ਇਹੋ ਰਹਿ ਸਮਾਈ। ਜੀਵ ਆਇਆ ਕਿੱਥੋਂ ਹੈ, ਕਿੱਥੇ ਜਾਂਦਾ ਹੈ, ਕਿੱਥੇ ਸਮਾਇਆ ਰਹਿੰਦਾ, ਉਹ ਅਵਗਤ ਸੂਬ ਨੂੰ ਕਿਵੇਂ ਪਾਉਂਦਾ, ਇਹ ਦੱਸੋ, ਇਹ ਸਵਾਲ ਕੀਤੇ। ਇਸ ਸ਼ਬਦ ਕੋ ਜੋ ਅਰਥ ਆਵੈ ਤਿਸ ਗੁਰ ਤਿਲ ਨੋ ਦਮਾਈ। ਇਹ ਸਾਡੇ ਸ਼ਬਦ ਦਾ ਜਿਸ ਨੂੰ ਅਰਥ ਆ ਜਾਵੇ ਉਹ ਸਿੱਧ। ਬੜਾ ਕਾਲਾ ਬੋਲਿਆ ਜੋ ਭੱਜ ਕੇ ਆਇਆ ਦੌੜ ਕੇ ਗੁਰਦੇਵ ਦੇ ਚਰਨਾਂ ਵਿੱਚ, ਜੋ ਧਾਰਨਾ ਵਿੱਚ ਹੈ ਤਿਸ ਨੂੰ ਮੈਂ ਗੁਰੂ ਮੰਨਾਂਗਾ ਕਿ ਮੇਰਾ ਗੁਰੂ ਹੈ, ਜੋ ਸਹੀ ਉੱਤਰ ਦੇ ਦੇਵੇ। ਉਹ ਤਿਲ ਮਾਤਰ ਤਮਾ ਹੀ ਨਹੀਂ, ਤਿਸ ਨੂੰ ਤਿਲ ਮਾਤਰ ਵੀ ਤਮਾ ਨਹੀਂ ਜੋ ਉੱਤਰ ਦੇ ਦੇਵੇ। ਪਾਤਸ਼ਾਹ ਕਹਿਣ ਲੱਗੇ, ਪਹਿਲੇ ਪਾਤਸ਼ਾਹ ਚੌਥੇ ਵਿਸ਼ਨ ਦਾ ਉੱਤਰ ਦਿੰਦੇ ਨੇ, ਕਿਉਂ ਤਤੈ ਅਵਗਤੈ ਪਾਵੈ ਗੁਰਮੁਖ ਲਗੈ ਪਿਆਰੋ। ਚੌਥੇ ਪ੍ਰਸ਼ਨ ਉੱਤਰ ਦੇ, ਜੋ ਗੁਰੂ ਦੁਆਰੇ ਪਰਮੇਸ਼ਰ ਵਿੱਚ ਪਿਆਰ ਲੱਗੇ, ਗੁਰੂ ਦੁਆਰੇ ਤੋਂ ਪਰਮੇਸ਼ਰ ਨੂੰ ਪਾਉਂਦਾ, ਕਾਹਾਂ ਤੇ ਆਵੈ ਕਾਹਾਂ ਇਹੋ ਜਾਵੈ ਕਾਂ ਇਹੋ ਰਹਿ ਸਮਾਏ।
ਤੇ ਸਮਾ ਜਾਂਦਾ ਹੈ ਪਰਮੇਸ਼ਰ। ਆਪੇ ਸੁਰਤਾ ਆਪੇ ਕਰਤਾ ਕਹੋ ਨਾਨਕ ਵਿਚਾਰੋ, ਸੋ ਅਵਗਤ ਆਪੇ ਹੀ ਸਰਬ ਦਾ ਗਿਆਤਾ ਹੈ ਮੇਰਾ ਵਾਹਿਗੁਰੂ। ਆਪ ਹੀ ਸਰਬ ਦਾ ਕਰਤਾ, ਤੇ ਜੇ ਸੁਭ ਦਾ ਵਿਚਾਰ ਕਰੋ, ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹਿ ਸਮਾਈ, ਉਸਦੇ ਹੁਕਮ ਨਾਲ ਮਨੁੱਖ ਜੀਵ ਜਗਤ ਵਿੱਚ ਆਉਂਦਾ ਹੈ। ਇਕੱਲੇ ਆਵੈ ਨਾਨਕਾ ਸੱਦੇ ਉੱਠੀ ਜਾਏ, ਆਗਿਆ ਆਵੈ ਆਗਿਆ ਜਾਏ, ਹੁਕਮ ਵਿੱਚ ਹੀ ਜਾਂਦਾ, ਉਸਦੇ ਹੁਕਮ ਵਿੱਚ ਹੀ ਜੀਵ ਸੰਸਾਰ ਵਿੱਚ ਸਮਾ ਜਾਂਦਾ ਹੈ। ਹੁਕਮ ਦੇ ਪਾਤਸ਼ਾਹ ਫਰਮਾਉਂਦੇ ਹਨ, ਪੂਰੇ ਗੁਰ ਤੇ ਸਾਚ ਕਮਾਵੈ ਗਤ ਮਿਤ ਸ਼ਬਦ ਪਾਈ, ਜੋ ਪੂਰੇ ਗੁਰੂ ਦੇ ਸੱਚੇ ਉਪਦੇਸ਼ ਨੂੰ ਕਮਾਵੇ ਗੁਰ ਸ਼ਬਦ ਹੀ ਗੁਰਮਤੀਆ ਬਣ ਜਾਵੇ। ਤੋ ਇਸ ਮਰਿਆਦਾ ਕੇ ਬ੍ਰਹਮ ਦੀ ਪ੍ਰਾਪਤੀ ਪਾਈ ਜਾਂਦੀ ਹੈ। ਅਬ 21ਵੀਂ ਪੌੜੀ ਦੇ ਉੱਤਰ ਫਰਮਾਉਂਦੇ ਨੇ ਪਾਤਸ਼ਾਹ, ਆਦਿ ਕੋ ਵਿਸਮਾਦ ਵਿਚਾਰ ਕਥੀ ਅਲੇ ਸੁਨ ਨਿਰੰਤਰ ਵਾਸ ਲੀਆ। ਪਾਤਸ਼ਾਹ ਫਰਮਾਉਂਦੇ ਨੇ ਆਦਿ ਕੋ ਵਿਸਮਾਦ ਵਿਚਾਰ ਕਥੀ ਅਲੇ ਸੁਨ ਸਮਾਦ ਵਾਸ ਲੀਆ, ਆਦਿ ਪਰਮੇਸ਼ੁਰ ਦੇ ਸੁਭ ਦਾ ਵਿਚਾਰ ਅਸਚਰਜ ਹੈ ਵਿਸਮਾਦ, ਬੁੱਧ ਪਰਮੇਸ਼ੁਰ ਨੇ ਨਿਰੰਤਰ ਸਰਬ ਠੋਰ ਵਾਸ ਲਈ ਆ, ਸਰਬ ਵਿਆਪਕ ਹੈ ਉਹ ਮਾਲਕ, ਸਰਬ ਵਿਆਪਕ ਹੈ, ਘੱਟ ਘੱਟ ਵਿੱਚ ਬੈਠਾ ਜਰੇ ਜਰੇ ਵਿੱਚ ਲੱਭਿਆ। ਅਕਲ ਪਤ ਮੁੰਦਰਾ ਗੁਰ ਗਿਆਨ ਵਿਚਾਰੀ ਅਲੇ ਘੱਟ ਘੱਟ ਸਾਚਾ ਸਰਬ ਜੀਆ, ਕਲਪਨਾ ਤੇ ਰਹਿਤ, ਕਲਪਨਾ ਤੇ ਰਹਿਤ ਹੋਣਾ ਇਹ ਗੁਰੂ ਦੇ ਗਿਆਨ ਦੀ ਨਿਸ਼ਾਨੀ ਵਿਚਾਰੀ ਦੀ ਹੈ, ਗੁਰੂ ਦੇ ਗਿਆਨ ਦੀ ਨਿਸ਼ਾਨੀ ਜੋ ਕਲਪਤਾ ਕਲਪਨਾ ਤੋਂ ਰਹਿਤ। ਸਰਬ ਜੀਆਂ ਦੇ ਘੱਟ ਘੱਟ ਵਿੱਚ ਸੱਚਾ ਪਰਮੇਸ਼ੁਰ ਹੀ ਨਿਵਾਸ ਕਰਦਾ, ਘੱਟ ਘੱਟ ਵਿੱਚ ਬੈਠਾ, ਘੱਟ ਘੱਟ ਮਹਿ ਹਰ ਜੂ ਬਸੈ ਸੰਤਨ ਕਹਿਓ ਪੁਕਾਰ, ਘੱਟ ਘੱਟ ਵਿੱਚ ਬੈਠਾ। ਪਾਤਸ਼ਾਹ ਫਰਮਾਉਂਦੇ ਨੇ ਗੁਰ ਬਚਨੀ ਅਬ ਗਤ ਸਮਾਈਐ ਤਤ ਨਿਰੰਜਨ ਸਹਿਜ ਲਗੈ, ਗੁਰੂ ਦੇ ਬਚਨਾਂ ਕੇ ਅਵਗਤ ਵਿੱਚ ਸਮਾਈਦਾ, ਕਿਉਂ ਕਾਲ ਦਾ ਠੀਂਗਾ ਜਲਾਈਦਾ, ਕਾਲ ਕਾ ਠੀਂਗਾ ਕਿਉਂ ਜਲਾਈ ਅਲੇ ਕਿਉਂ ਨਿਰਭਉ ਕਰ ਜਾਈ, ਇਹ ਜਲਾਈਦਾ ਤਤ ਨਿਰੰਜਨ ਨੂੰ ਗਿਆਨ ਕਰਕੇ ਪਾਈ ਜਾ, ਇਹ ਨਿਰਭਉ ਦੇ ਘਰ ਜਾਈਦਾ। ਪਾਤਸ਼ਾਹ ਫਰਮਾਉਂਦੇ ਨੇ ਨਾਨਕ ਦੂਜੀ ਕਾਰ ਨਾ ਕਰਨੀ ਸੇਵੈ ਸਿੱਖ ਜੋ ਖੋਜ ਲੈ, ਭਗਤੀ ਤੋਂ ਬਿਨਾਂ ਦੂਜੀ ਕਾਰ ਨਹੀਂ ਕਰਨੀ ਚਾਹੀਦੀ। ਜੇਕਰ ਇਉਂ ਸਹਿਜ ਸੰਤੋਖ ਦੀ ਹਿਰਦੇ ਵਿੱਚ ਸਥਿਤੀ ਜਾਣਦਾ ਹੈ, ਨਾਨਕ ਦੂਜੀ ਕਾਰ ਨਾ ਕਰਨੀ ਸੇਵੈ ਸਿੱਖ ਜੋ ਖੋਜ ਲੈ, ਜੋ ਸਿੱਖ ਹੋਵੇ ਕਿ ਗੁਰੂ ਨੂੰ ਸੇਵਦਾ ਹੈ ਸੋ ਕਮਾਦੀ ਵੈਰੀਆਂ ਦੇ ਕੱਟਣੇ ਦਾ ਖੋਜ ਲੈਂਦਾ ਹੈ, ਗੁਰ ਸ਼ਬਦ ਹੀ ਹੈ ਉਹ ਕੱਟਦਾ ਹੈ ਕਮਾਦੀ ਵਿਕਾਰਾਂ, ਗੁਰ ਸ਼ਬਦ ਹੀ ਗੁਰਮਤੀ ਹੈ। ਹੁਕਮ ਬਿਸਮਾਦ ਹੁਕਮ ਪਛਾਣੈ ਜੀ ਜੁਗਤ ਸੱਚ ਜਾਣੈ ਸੋਈ, ਪਾਤਸ਼ਾਹ ਫਰਮਾਉਂਦੇ ਨੇ ਨੀਚੇ ਕਰਕੇ ਜੀਓ ਦੀ ਜੁਗਤੀ ਨੂੰ ਜਾਣਦਾ ਹੈ,
ਜੋ ਜੀਓ ਦੀ ਜੁਗਦੀ ਵੇਚੇ ਕਰਕੇ ਜਾਣਦਾ ਸੋਈ ਉਸੀ ਅਕਾਲ ਪੁਰਖ ਹੁਕਮੀ ਪਰਮਾਤਮਾ ਦੇ ਹੁਕਮ ਅਸਚਰਜ ਦੇ ਹੁਕਮ ਨੂੰ ਪਹਿਚਾਣਦਾ ਕਿ ਮੇਰੇ ਮਾਲਕ ਦਾ ਮੇਰੇ ਵਾਹਿਗੁਰੂ ਦਾ ਇਹ ਹੁਕਮ ਕਹਿ ਉਪਦੇਸ਼ ਸੰਦੇਸ਼ ਆਪ ਮੇਟ ਦਰਾਲ ਮੋਵੈ ਅੰਤਰ ਸਾਜ ਜੋਗੀ ਕਹੀ ਐ ਸੋਈ ਆਪਾਂ ਭਾਉ ਮੇਟ ਕੇ ਸੰਗ ਹੋ ਕੇ ਅੰਤਰ ਸੱਚ ਧਾਰਨ ਕਰਦਾ ਸੋਈ ਜੋਗੀ ਕਹੀ ਉਹਨੀ ਸੀ ਪੌੜੀ ਵਿੱਚ ਸਿਧਾਂਤ ਫਰਮਾਉਂਦੇ ਨੇ ਅਵਗਤੋ ਨਿਰਮਾਇਲ ਉਪਜੈ ਨਿਰ ਗੁਣ ਤੇ ਸਰ ਗੁਣ ਥੀਆ ਅਵਗਤ ਜੋ ਨਿਰਮਲ ਨਿਰਗੁਣ ਇਸ ਤੇ ਉਪਜ ਕੇ ਸਤਿਗੁਣ ਵਿਰਾਟ ਰੂਪ ਹੋਇਆ ਸਤਿਗੁਰ ਪਰਚੈ ਪਰਮ ਪਦ ਪਾਈਐ ਸਾਚੈ ਸ਼ਬਦ ਸਮਾਏ ਲਿਆ ਸਤਿਗੁਰੂ ਦੇ ਉਪਦੇਸ਼ ਕਰਕੇ ਪਰਮ ਪਦ ਦੀ ਪ੍ਰਾਪਤੀ ਹੈ ਪਾਈ ਸੱਚੀ ਉਪਦੇਸ਼ ਕਰਕੇ ਗੁਰੂ ਨੇ ਸਿੱਖ ਨੂੰ ਬ੍ਰਹਮ ਵਿੱਚ ਸਮਾ ਲਿਆ ਏਕੇ ਕੋ ਸੱਚ ਏਕਾ ਜਾਣੈ ਹੋ ਮੈਂ ਦੂਜਾ ਦੂਰ ਕੀਆ ਇੱਕ ਬ੍ਰਹਮ ਨੂੰ ਨਿਹਚੇ ਕਰਕੇ ਸੋ ਇੱਕ ਹੀ ਜਾਣਦਾ ਹੈ ਜਿਸਨੇ ਹੋਮੇ ਤੇ ਦੂਜਾ ਭਾਵ ਦੂਰ ਕੀਤਾ ਸੋ ਜੋਗੀ ਗੁਰ ਸ਼ਬਦ ਪਛਾਣ ਅੰਤਰ ਕਮਲ ਪਰਗਾਸ ਦੀਆ ਜੋ ਗੁਰੂ ਦੇ ਸ਼ਬਦ ਨੂੰ ਪਹਿਚਾਣਦਾ ਹੈ ਜਾਣਦਾ ਹੈ ਜਿਸਨੇ ਅੰਤਸ਼ਕਰਨ ਕਮਲ ਵਿੱਚ ਗਿਆਨ ਪ੍ਰਕਾਸ਼ ਪਾਇਆ ਉਹ ਜੋਗੀ ਹੈ ਜੀਵਤ ਮਰੈ ਤਾਂ ਸਭ ਕਿਛ ਸੂਝੈ ਅੰਤਰ ਜਾਣੈ ਸਰਬ ਦਇਆ ਸਭ ਦੇ ਉੱਪਰ ਮਨ ਅੰਤਰ ਸੇ ਦਇਆ ਕਰ ਜਾਣੈ ਉਹ ਜੀ ਭਾਵ ਤੇ ਮਰੇ ਤੋ ਸਭ ਕੁਝ ਸੋਚਦਾ ਹੈ ਸਤ ਅਸਤ ਨੂੰ ਉਹ ਜਾਣਦਾ ਹੈ ਪਿਆਰੇ ਨਾਨਕ ਤਾਂ ਕੋ ਮਿਲੈ ਵਡਾਈ ਆਪ ਬਛਾਣੈ ਸਰਬ ਜੀਆ ਜਿਸਨੂੰ ਵਡਿਆਈ ਮਿਲਦੀ ਹੈ ਸੋਭਾ ਮਿਲਦੀ ਵਡਿਆਈ ਗੁਰਮੁਖ ਦੇ ਪ੍ਰਭੂ ਵਡਿਆਈ ਬਖਸ਼ਦਾ ਤੋ ਸਰਬ ਜੀਵਾਂ ਨੂੰ ਆਪਣਾ ਆਪ ਪਹਿਚਾਣਦਾ ਸਾਚੋ ਉਪਜੈ ਸਾਚ ਸਮਾਵੈ ਸਾਚੇ ਸੂਚੇ ਏਕ ਮਾਇਆ ਬ੍ਰਹਮ ਇਹ ਸੰਸਾਰ ਪ੍ਰਗਟ ਹੋਇਆ ਸਾਚੋ ਬ੍ਰਹਮ ਬ੍ਰਹਮ ਵਿੱਚ ਹੀ ਸਮਾ ਜਾਂਦਾ ਸੱਚੇ ਨਾਮ ਕਰਕੇ ਜੋ ਸੁੱਚੇ ਹੋਏ ਪਾਵਨ ਪਵਿੱਤਰ ਹੋਏ ਸੱਚੇ ਨਾਮ ਕਰਕੇ ਇਸ ਪਰਮੇਸ਼ਵਰ ਦੇ ਸਾਥ ਇੱਕ ਰੂਪ ਹੋ ਗਏ ਝੂਠੇ ਆਵੇ ਠਵਰ ਨਾ ਪਾਵੇ ਦੂਜੇ ਆਵਾ ਗੌਣ ਭਇਆ ਜੋ ਦੂਜੇ ਭਾਵ ਦੇ ਵਿੱਚ ਨੇ ਖੋਟੀ ਮਤ ਵਿੱਚ ਲੱਗੇ ਹੋਏ ਨੇ ਗੁਰਮੁਖ ਨਹੀਂ ਮਨਮੁਖ ਨੇ ਉਹ ਝੂਠੇ ਜਿਨ੍ਹਾਂ ਨੇ ਝੂਠ ਦਾ ਸਹਾਰਾ ਲੈ ਲਿਆ ਉਹ ਵਾਰ ਵਾਰ ਆਉਂਦੇ ਤੇ ਜਾਂਦੇ ਨੇ ਠਹਿਰਨਾ ਨਹੀਂ ਪਾਉਂਦੇ 84 ਲੱਖ ਜੁਨੀਆਂ ਵਿੱਚ ਪੈ ਜਾਂਦੇ ਨੇ ਪਿਆਰੇ ਅਤੇ ਇਹਨਾਂ ਨੂੰ ਆਉਣਾ ਜਾਣਾ ਹੀ ਬਣਿਆ ਰਹਿੰਦਾ ਆਵਾ ਗੌਣ ਬੇਟਾ ਗੁਰ ਸ਼ਬਦ ਆਪੇ ਪਰਖੈ ਬਖਸ਼ ਲਿਆ ਆਉਣਾ ਤੇ ਜਾਣਾ ਗੁਰੂ ਉਪਦੇਸ਼ ਕਰਕੇ ਮਿਟਦਾ ਜੋ ਆਪ ਖਰੇ ਪਰਖ ਲਵੇ ਉਹਨਾਂ ਨੂੰ ਵਾਹਿਗੁਰੂ ਨੇ ਬਖਸ਼ ਲਿਆ ਏਕਾ ਵੇਦਨ ਦੂਜੇ ਵਿਆਪੀ ਨਾਮ ਰਸਾਇਣ ਵਿਸਰਿਆ ਜਿਹਨਾਂ ਨੂੰ ਦੂਜੇ ਭਾਵ ਦੀ ਇੱਕ ਪੀੜਾ ਵਿਆਪੀ ਹੋਈ ਅਤੇ ਇਹਨਾਂ ਨੂੰ ਨਾਮ ਜੋ ਰਸਾਂ ਦਾ ਘਰ ਹੈ ਸੋ ਭੁੱਲਿਆ ਨਾਮ ਨਹੀਂ ਜਪਦੇ
ਕਿਉਂਕਿ ਦੂਜੇ ਭਾਵ ਵਿੱਚ ਲੱਗੇ ਨੇ। ਖੋਟੀ ਮੱਤ ਨੂੰ ਸੰਗ੍ਰਹਿ ਕੀਤਾ। ਸੋ ਬੂਝੈ ਜਿਸ ਆਪ ਬੁਝਾਏ, ਗੁਰ ਕੈ ਸ਼ਬਦ ਸੋ ਮੁਕਤ ਭਇਆ। ਸੂਈ ਸਮਝਦਾ ਜਿਸ ਤੂੰ ਆਪ ਮੇਰਾ ਵਾਂਗੇ ਗੁਰੂ ਸਮਰੱਥ ਗੁਰੂ ਸਮਝਾਉਂਦਾ। ਇਹਨੇ ਗੁਰੂ ਦੇ ਉਪਦੇਸ਼ ਕਰਕੇ ਸਮਝਿਆ, ਉਹ ਜਗਿਆਸੂ ਮੁਕਤ ਹੋ ਗਿਆ। ਨਾਨਕ ਤਾਰੇ ਤਾਰਨ ਹਾਰਾ, ਹੋ ਮੈਂ ਦੂਜਾ ਪਰ ਹਰਿਆ। ਪਾਤਸ਼ਾਹ ਫਰਮਾਉਂਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ, ਨਾਨਕ ਤਾਰੇ ਤਾਰਨ ਹਾਰਾ, ਹੋ ਮੈਂ ਦੂਜਾ ਪਰ ਹਰਿਆ। ਜਿਸਨੇ ਖੋਮੇ ਦੂਜਾ ਭਾਵ ਤਿਆਗਿਆ, ਇਸ ਨੂੰ ਤਾਰਨ ਖਾਰ ਮੇਰਾ ਵਾਕੀ ਗੁਰੂ ਪਰਮੇਸ਼ੁਰ ਸੋ ਤਾਰ ਲੈਂਦਾ, ਜੋ ਗੁਰਮੁਖ ਗੁਰਮਤੀਆ ਗੁਰ ਸ਼ਬਦੀ ਬਣਦਾ। ਸਤਿਗੁਰੂ ਦੇ ਉਪਦੇਸ਼ 'ਤੇ ਚੱਲੀਏ, ਗੁਰ ਸ਼ਬਦੀ ਗੁਰਮਤੀਏ ਬਣੀਏ, ਨਾਮ ਨੂੰ ਜਪੀਏ, ਸੰਗ ਕਰੀਏ, ਸਤਿਪੁਰਸ਼ਾਂ ਦਾ ਆਪਣਾ ਅਮੋਲਕ ਜਨਮ ਸਫਲ ਹੋ ਜਾਵੇ। ਹੇ ਪੂਰਨ ਹੇ ਸਰਬ ਮੈਂ